फिर शामिल हां। दस दिए कि इस वक्त आप जतेंद्र पन्नू साहब न जुड़ गए और धनवादी हां प्रोग्राम के वास्ते जसप्रीत सिंह जसप्रीत जिन्हों का पिंड गोलेवाला सहयोग करते इंडियन एप्लस इंडिया नाल। ਹੁਣ ਸਾਹਿਬ ਬਹੁਤ ਧੰਨਵਾਦ, ਸਵਾਗਤ, ਸਤਿ ਸ੍ਰੀ ਅਕਾਲ ਜੀ ਸ਼ਾਮਲ ਹੋਣ ਦੇ ਲਈ। ਜੀ ਸ਼ੁਕਰੀਆ ਸੁਖਨੈਬ ਜੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਪੰਨੂ ਸਾਹਿਬ, ਤੁਸੀਂ ਸ਼ਾਮਲ ਹੋਏ ਹੋ ਔਰ ਸਿਹਤ ਤੁਹਾਡੀ ਠੀਕ ਨਹੀਂ, ਪਰ ਮੈਂ ਇਹ ਗੱਲ ਵੀ ਮੈਨੂੰ ਲੱਗਦਾ ਗੁਸਤਾਖੀ ਕਰ ਗਿਆ ਦੱਸ ਕੇ, ਨਹੀਂ ਤਾਂ ਹਾਲ ਚਾਲ ਪੁੱਛਣ ਵਾਲੇ ਹਮਦਰਦ ਲੋਕਾਂ ਦਾ ਬੇਸ਼ੱਕ ਹਮਦਰਦੀ ਹੁੰਦੀ ਹੈ, ਪਰ ਉਹਦੇ ਨਾਲ ਵੀ ਜ਼ਹਿਮਤ ਹੋ ਜਾਂਦੀ ਹੈ ਜਦੋਂ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਜਾਣ। ਕੋਈ ਨਹੀਂ ਜੀ, ਕੋਈ ਨਹੀਂ, ਸਾਡਾ ਧੰਨਵਾਦ ਜੀ। ਤੇ ਜੀ ਪਪਲਪ੍ਰੀਤ ਦੀ ਗੱਲ ਕਰ ਲਈਏ, ਪਪਲਪ੍ਰੀਤ ਦੀ ਗ੍ਰਿਫਤਾਰੀ ਦੀਆਂ ਅੱਜ ਖਬਰਾਂ ਆ ਰਹੀਆਂ ਨੇ। ਦੇਖੋ, ਪਪਲਪ੍ਰੀਤ ਪਿਛਲੀ 18 ਮਾਰਚ ਤੋਂ ਲਗਾਤਾਰ ਭੱਜ ਰਿਹਾ ਸੀ ਜੀ, ਕਿਤੇ ਨਾ ਕਿਤੇ ਉਹਨੇ ਕਾਬੂ ਆ ਜਾਣਾ ਸੀ। ਉਹ ਕੀ ਉਹਦੇ ਨਾਲ ਦਾ ਜਿਹੜਾ ਦੂਸਰਾ ਅੰਮ੍ਰਿਤਪਾਲ ਸਿੰਘ ਆ ਜੀ, ਉਹ ਵੀ ਹੁਣ ਤਾਂ ਪੁਲਿਸ ਵਾਲੇ ਤਾਂ ਕਹਿ ਰਿਹਾ ਅੱਜ ਭਰਤ ਦੀ ਗੱਲ, ਕੁਛ ਲੋਕ ਕਹਿ ਰਹੇ ਅੱਜ ਸ਼ਾਮ ਤੱਕ ਫੜਿਆ ਜਾਣਾ ਜੀ। ਐਡਾ ਗਰੰਟੀਡ ਕੋਈ ਨਹੀਂ ਹੁੰਦਾ। ਜੇ 18 ਤਰੀਕ ਨੂੰ ਇਹ ਭੱਜ ਗਿਆ ਸੀ, 20, 21, 22 ਤੱਕ ਵੀ ਫੜੇ ਜਾਂਦੇ ਜੀ, ਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਸੀ ਡਰਾਮਾ ਕੀਤਾ, ਫੜਤਾ ਇਨ੍ਹਾਂ ਨੇ ਪਹਿਲੇ ਦਿਨ ਹੀ ਲਿਆ ਸੀ ਜੀ, ਕਿਉਂਕਿ ਇਹ ਗੱਲ ਕਹਿਣ ਵਾਲੇ ਬੜੇ ਕਹਿੰਦੇ ਸੀ ਦਿੱਲੀ ਪੁਲਿਸ ਝੂਠ ਬੋਲਦੀ ਆ, ਬੰਦਾ ਇਨ੍ਹਾਂ ਨੇ ਫੜਿਆ ਪਿਆ ਜੀ। ਅੱਜ ਹੁਣ ਉਹ ਗੱਲ ਤਾਂ ਹੈ ਨੀ ਗੀ, ਹੁਣ ਤਾਂ ਸਾਫ਼ ਹੈ ਉਹਦੇ ਦਰਮਿਆਨ ਉਹਦੀਆਂ ਬਹੁਤ ਸਾਰੀਆਂ ਵੀਡੀਓ ਇਹੋ ਜਿਹੀਆਂ ਆਈਆਂ ਜਿਹ ਚ ਉਹ ਭੱਜਦਾ ਵੀ ਦਿਸਿਆ, ਫਿਰ ਉਹ ਪੰਜਾਬ ਤੋਂ ਬਾਹਰ ਸ਼ਾਹਬਾਦ ਦੇ ਵਿਚ ਜਾ ਕੇ ਹਰਿਆਣੇ ਚ ਜਿੱਥੇ ਰਾਤ ਕੱਟੀ ਉਹਨੇ ਜੀ, ਉਹ ਕੁੜੀ ਵੀ ਬਾਅਦ ਵਿਚ ਫੜੀ ਗਈ ਜਿਹੜੀ ਪਬਲਿਕ ਦੇ ਕੰਟੈਕਟ ਵਿਚ ਸੀ ਜੀ, ਤੇ ਉਹਦੇ ਭਰਾ ਨੇ ਵੀ ਗਿਆ ਤਾਂ ਪੁਲਿਸ ਨੇ ਸਾਨੂੰ ਨਹੀਂ ਲੱਭਿਆ, ਸਾਨੂੰ ਪਤਾ ਸੀ ਸੀਸੀਟੀਵੀ ਕੈਮਰੇ ਲੱਗੇ ਆ, ਤੇ ਮੈਂ ਐਸ ਡੀ ਐਮ ਦਾ ਰੀਡਰ ਆ ਤੇ ਮੈਂ ਜਾ ਕੇ ਐਸ ਡੀ ਐਮ ਨੂੰ ਆਖਿਆ ਸੀ, ਰਾਤੀ ਦੋਵੇਂ ਜਣੇ ਮੇਰੇ ਘਰ ਸੀਗੇ ਤੇ ਐਸ ਡੀ ਐਮ ਮੈਨੂੰ ਫੜ ਕੇ ਡਿਪਟੀ ਕਮਿਸ਼ਨਰ ਕੋਲ ਲੈ ਗਿਆ ਜੀ, ਅਸੀਂ ਪੁਲਿਸ ਨੂੰ ਦਸਿਆ ਸੀ, ਉਹਦੀ ਭੈਣ ਵੀ ਲਿਆਂਦੀ ਰਿਮਾਂਡ ਦੇ ਉੱਤੇ ਪੰਜਾਬ ਪੁਲਿਸ ਦੇ ਕੋਲ ਆ ਜੀ, ਤੇ ਇਸ ਤੋਂ ਬਾਅਦ ਇਹ ਜਾ ਕੇ ਉੱਤਰ ਪ੍ਰਦੇਸ਼ ਦੇ ਵਿਚ ਲਖੀਮਪੁਰ ਖੀਰੀ ਵੀ ਦਿਸੇ ਆ, ਲਖੀਮਪੁਰ ਖੀਰੀ ਦੇ ਵਿਚ ਉੱਥੇ ਜਿਹੜੀ ਵੀਡੀਓ ਮਿਲੀਆਂ ਉਹ ਵੀ ਇੱਦਾਂ ਕਈਆਂ ਥਾਵਾਂ ਤੋਂ ਵੀ ਮਿਲੀਆਂ, ਦਿੱਲੀ ਚ ਵੀ ਮਿਲੀਆਂ ਜੀ। ਇੰਨਾ ਕੁਛ ਹੋਣ ਤੋਂ ਬਾਅਦ ਜਿਹੜਾ ਪਹਿਲੇ 2 ਦਿਨ ਇਹ ਪ੍ਰਚਾਰ ਸੀ, ਫੜ ਲਿਆ ਫੜ ਲਿਆ ਫੜ ਲਿਆ ਤੇ ਝੂਠ ਬੋਲਦੇ ਆ ਦੱਸਦੇ ਨੀ ਜੀ, ਉਹ ਪ੍ਰਚਾਰ ਤਾਂ ਹੁਣ ਖਤਮ ਹੋ ਚੁੱਕਾ। ਹੁਣ ਦੂਸਰੀ ਗੱਲ ਹੈ ਕਿ ਇੰਨਾ ਚਿਰ ਇਕੱਠੇ ਫਿਰਦੇ ਰਹੇ, ਜਿਸ ਦਿਨ ਇਥੋਂ ਗੱਡੀਆਂ 2 ਲੈ ਕੇ ਆਏ ਜੀ, ਤੇ ਇਨ੍ਹਾਂ ਮੇਟੀਆਣੇ ਤੋਂ ਅੱਗੇ ਹੁਸ਼ਿਆਰਪੁਰ ਵੱਲ ਨੂੰ ਜਾਣਾ ਸੀ, ਅਗਲੀ ਗੱਡੀ ਲੰਘ ਗਈ ਤੇ ਕਹਿੰਦੇ ਆ ਕਿ ਉਹ ਫਲੈਸ਼ ਦੇ ਗਈ ਕਿ ਅੱਗੇ ਨਾਕਾ ਜੇ, ਇਨ੍ਹਾਂ ਨੇ ਪਿਛੋਂ ਗੱਡੀ ਸੜਕ ਤੇ ਮੋੜ ਲਈ, ਕੁੱਤਿਆਂ ਨੂੰ ਪਤਾ ਸੀ ਇੱਦਾਂ ਹੋ ਸਕਦਾ ਮਗਰ ਲੱਗ ਗਏ, ਇਨ੍ਹਾਂ ਅੱਗੋਂ ਇਕ ਰਾਹ ਤੇ ਮੋੜ ਲਈ, ਉਹ ਮਰਨਾਈਆਂ ਪਿੰਡ ਦਾ ਗੁਰਦੁਆਰਾ ਸੀ ਉੱਥੇ ਜਾ ਕੇ ਰਸਤਾ ਬੰਦ ਹੋ ਗਿਆ, ਗੱਡੀ ਛੱਡ ਕੇ ਭੱਜ ਗਏ। ਉਹਦੇ ਤੋਂ ਬਾਅਦ ਪਤਾ ਲੱਗਾ ਕਿ ਜਿੱਥੇ ਰਹੇ ਉੱਥੋਂ ਇਹ ਦੋਵੇਂ ਅੱਡੋ ਅੱਡ ਹੋ ਗਏ, ਵੀਡੀਓ ਜਿਹੜੀ ਹੈਗੀ ਸੀਸੀਟੀਵੀ ਉਹ ਵੀ ਸਾਹਮਣੇ ਆ ਗਈ। ਉਹਦੇ ਤੋਂ ਬਾਅਦ ਇਹ ਆਪੋ ਚ ਮਿਲੇ ਕਿ ਨਹੀਂ ਮਿਲੇ, ਆਪਸ ਵਿਚ ਕੋਈ ਤਾਲਮੇਲ ਹੈਗਾ ਕਿ ਨਹੀਂ ਹੈਗਾ, ਕਿਸੇ ਨੂੰ ਨਹੀਂ ਪਤਾ। ਹਾਲਾਤ ਵਿਚ ਅੱਜ ਇਹ ਫੜਿਆ ਗਿਆ, ਇਹ ਬੰਦਾ ਜਿਹੜਾ ਇਨ੍ਹਾਂ ਥਾਵਾਂ ਤੋਂ ਘੁੰਮ ਕੇ ਆਇਆ ਸੀ, ਅਖੀਰ ਆਪਣੀ ਜੂਹ ਚ ਫੜਿਆ ਗਿਆ। ਇਹ ਅੰਮ੍ਰਿਤਸਰ ਤੋਂ ਬਟਾਲੇ ਨੂੰ ਜਾਂਦੇ ਰਸਤੇ ਚ 10-12-15 ਕਿਲੋਮੀਟਰ ਤੇ ਪਿੰਡ ਆ ਜਾਂਦਾ ਕੱਥੂ ਨੰਗਲ, ਉਥੇ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਵੀ ਆ, ਤੇ ਉਥੇ ਸੜਕ ਦੇ ਉੱਤੇ ਥਾਣਾ ਵੀ ਬਹੁਤ ਵੱਡਾ ਪੁਰਾਣਾ ਥਾਣਾ ਅੰਗਰੇਜ਼ਾਂ ਵੇਲੇ ਦਾ, ਉਸ ਇਲਾਕੇ ਵਿਚੋਂ ਕਦੋਂ ਫੜਿਆ ਗਿਆ ਤੇ ਮੈਂ ਦਸਦਿਆਂ ਕਿ ਉਥੋਂ 15 ਕਿਲੋਮੀਟਰਾਂ ਤੇ ਇਹਦਾ ਆਪਣਾ ਪਿੰਡ ਵੀ ਹੈ ਜੀ, ਹੋ ਸਕਦਾ ਕਿ ਆਪਣੇ ਪਿੰਡ ਨੂੰ ਗਿਆ ਹੋਵੇ ਜਾਂ ਪਿੰਡ ਦੇ ਨੇੜੇ ਤੇੜੇ ਆਪਣੀ ਕਿਸੇ ਪੁਰਾਣੀ ਠਾਰ ਤੇ ਰਹਿਣ ਦਾ ਯਤਨ ਕਰ ਰਿਹਾ ਹੋਵੇ, ਉਥੇ ਲੋਕੇਟ ਹੋ ਗਿਆ ਹੋਵੇ, ਕਿਸੇ ਨੇ ਦੱਸਦਾ ਹੋਵੇ, ਪੁਲਿਸ ਨੇ ਘੇਰਾ ਪਾਰ ਕੇ ਫੜ ਲਿਆ ਤੇ ਲੈ ਗਏ ਨੇ, ਤੇ ਇਹਦੇ ਫੜੇ ਜਾਣ ਤੋਂ ਬਾਅਦ ਸਮਝਿਆ ਜਾਂਦਾ ਕਿ ਇਹਦਾ ਤੇ ਅੰਮ੍ਰਿਤਪਾਲ ਦਾ ਆਪੋ ਚ ਕੰਟੈਕਟ ਹੈਗਾ। ਹੁਣ ਇਹ ਭੱਜ ਦੌੜ ਕਿੰਨਾ ਚਿਰ ਰਹਿਣੀ ਆ, ਅਖੀਰ ਅੰਮ੍ਰਿਤਪਾਲ ਸਿੰਘ ਵਾਸਤੇ ਵੀ ਠੀਕ ਰਾਹ ਤੇ ਉਹ ਹੈ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਖਿਆ ਕਿ ਉਹਨੂੰ ਸਰੈਂਡਰ ਕਰ ਦੇਣਾ ਚਾਹੀਦਾ। ਹੁਣ ਜੇ ਉਹ ਕਹਿੰਦਾ ਕਿ ਅਕਾਲ ਤਖ਼ਤ ਸੁਪਰੀਮ ਹੈ ਤੇ ਅਕਾਲ ਤਖ਼ਤ ਦਾ ਜਹਿਦਾਰ ਆਖੇ ਤਾਂ ਵੀ ਸਰੈਂਡਰ ਨਾ ਕਰੇ, ਤੇ ਇਹ ਉਹਦੀ ਆਪਣੀ ਕੋਈ ਸੋਚ ਹੋ ਸਕਦੀ, ਅਸੀਂ ਉਹਨੂੰ ਠੀਕ ਕਿਉਂ ਆਖੀਏ, ਇਹਨੂੰ ਗਲਤ ਕਿਉਂ ਆਖੀਏ, ਅਸੀਂ ਦੋਵਾਂ ਚੋਂ ਕੁਛ ਵੀ ਨਹੀਂ, ਪੱਤਰਕਾਰ ਦੇ ਤੌਰ ਤੇ ਸਿਰਫ਼ ਇਹ ਕਹਿੰਦੇ ਹਾਂ ਕਿ ਇਹ
ਦੌੜ ਹੁਣ ਲੱਗਦਾ ਇਹ ਆ ਕਿ ਬਹੁਤੀ ਦੇਰ ਚੱਲਣ ਵਾਲੀ ਨਹੀਂ, ਹੋ ਸਕਦਾ ਕਿ ਛੇਤੀ ਖਤਮ ਹੋ ਜਾਵੇ। ਪੁਲਿਸ ਤੇ ਆਸਬੰਦ ਹੈਗੀ ਆ, ਦੂਸਰੀਆਂ ਤਰ੍ਹਾਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਇਹ ਥੋੜਾ ਜਿਹਾ ਸਮਾਂ ਲੱਗ ਸਕਦਾ ਸਮਝਣ ਚ, ਪਰ ਇਹ ਅੱਜ ਦੀ ਕਹਾਣੀ ਆ, ਇਹ ਪੁਲਿਸ ਵਾਸਤੇ ਕਾਫੀ ਵੱਡੀ ਪ੍ਰਾਪਤੀ ਹੈ। ਪੰਜ ਸਾਹਿਬ, ਕਾਂਗਰਸ ਨੂੰ ਬੜਾ ਖੋਰਾ ਲੱਗ ਰਿਹਾ ਜੀ, ਉਧਰੋਂ ਜਲੰਧਰ ਦੀ ਚੋਣ ਸਿਰ ਤੇ ਹੈ ਤੇ ਉਧਰੋਂ ਚੌਧਰੀ ਸੁਰਿੰਦਰ ਹੋਰਾਂ ਨੇ ਕਾਂਗਰਸ ਛੱਡਤੀ, ਨਵਜੋਤ ਸਿੱਧੂ ਆਏ ਨੇ, ਆਉਣ ਨਾਲ ਵਿਵਾਦ ਵੀ ਚੱਲ ਪਿਆ ਜੀ। ਦੇਖੋ, ਉਹ ਛੱਡ ਕੇ ਉਧਰ ਚਲਾ ਗਿਆ, ਇਹਦੇ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਲੀਡਰ ਹੌਲੀ ਹੌਲੀ ਗਏ ਨੇ, ਕੋਈ ਭਾਜਪਾ ਚ ਚਲਾ ਗਿਆ, ਕੋਈ ਆਮ ਆਦਮੀ ਪਾਰਟੀ ਚਲਾ ਗਿਆ। ਅੱਜ ਵੀ ਇਹ ਜਿਹੜਾ ਚੌਧਰੀ ਸੁਰਿੰਦਰ ਗਿਆ ਜੀ, ਇਹਦੀ ਫੈਮਿਲੀ ਬੈਕਗਰਾਉਂਡ ਨੋਟ ਕਰੋ। ਇਹਦਾ ਬਾਪ ਦਾ ਬਾਪ ਮਾਸਟਰ ਗੁਰਬੰਤਾ ਸਿੰਘ ਗਿਆਨੀ ਜੈਲ ਸਿੰਘ ਦੇ ਸਾਥੀਆਂ ਚੋਂ ਸੀ, ਦਰਬਾਰਾ ਸਿੰਘ ਦੀ ਸਰਕਾਰ ਵੇਲੇ ਮੰਤਰੀ ਸੀ, ਫਿਰ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵਿਚ ਚੌਧਰੀ ਜਗਜੀਤ ਤੇ ਚੌਧਰੀ ਸੰਤੋਖ ਦੋਵੇਂ ਸਕੇ ਭਰਾ ਮੰਤਰੀ ਹੁੰਦੇ ਸੀ। ਜਦੋਂ ਉਹਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਫਿਰ ਦੋਵੇਂ ਸਕੇ ਭਰਾ ਮੰਤਰੀ। ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਰਜਿੰਦਰ ਕੌਰ ਭੱਠਲ ਤੇ ਹਰਚਰਨ ਸਿੰਘ ਬਰਾੜ ਦੀਆਂ ਸਰਕਾਰਾਂ ਚ ਵੀ ਦੋਵੇਂ ਮੰਤਰੀ ਰਹੇ ਸੀ। ਮੁੜ ਕੇ ਜਦੋਂ 2012 ਚ ਦੋਵੇਂ ਹੀ ਹਾਰ ਗਏ, ਦੋਵਾਂ ਦੀ ਆਪੋ ਚ ਬਣਦੀ ਬਿਲਕੁਲ ਨਹੀਂ ਸੀ ਜੀ। ਜਗਜੀਤ ਤੇ ਸੰਤੋਖ ਇਕ ਦੂਜੇ ਨਾਲ ਦੁਆ ਸਲਾਮ ਵੀ ਨਹੀਂ ਸੀ ਜੋ ਮੈਨੂੰ ਪਤਾ। ਅੱਛਾ, ਉਦੋਂ 2012 ਦੀਆਂ ਚੋਣਾਂ ਚ ਇਹ ਸਮਝਦੇ ਸੀ ਕਿ ਅਸੀਂ ਤਾਂ 9 ਦੀਆਂ 9 ਸੀਟਾਂ ਜਲੰਧਰ ਜ਼ਿਲ੍ਹੇ ਚ ਜਿੱਤ ਲੈਣਾ ਵਿਧਾਨ ਸਭਾ ਦੀਆਂ ਜੀ, ਤੇ ਹੋਇਆ ਇਹ ਕਿ 9ਵਾਂ ਚੋਂ ਇਹਨੂੰ ਇੱਕ ਉਹਨਾਂ ਮਿਲੀ, 9 ਦੀਆਂ 9 ਹੀ ਹਾਰ ਗਏ ਸੀ। ਉਦੋਂ ਇਹ ਦੋਵੇਂ ਭਰਾ ਵੀ ਹਾਰ ਗਏ। ਅਗਲੀਆਂ ਚੋਣਾਂ ਦੇ ਵਿਚ ਜਿਹੜਾ ਚੌਧਰੀ ਸੰਤੋਖ ਸਿੰਘ ਸੀ ਉਹ ਆਪਣੀ ਫਲੌਰ ਦੀ ਸੀਟ 2017 ਚ ਹਾਰ ਗਿਆ ਜੀ। ਅੱਛਾ, ਉਹ ਹਾਰ ਨੀ ਗਿਆ, ਉਹਦਾ ਪੁੱਤਰ ਖਲੋਤਾ ਸੀ, ਉਹ ਹਾਰ ਗਿਆ। ਪਰ ਉਹਨੇ ਇਹ ਕੀਤਾ ਕਿ ਪਹਿਲਾਂ ਮੈਨੇਜ ਕਰ ਲਿਆ, 2014 ਦੀਆਂ ਚੋਣਾਂ ਚ ਕੇਂਦਰ ਤੋਂ ਜਾ ਕੇ ਪਾਰਲੀਮੈਂਟ ਦੀ ਟਿਕਟ ਲਾਇਆ ਤੇ ਉਹ ਜਿੱਤ ਕੇ ਪਾਰਲੀਮੈਂਟ ਮੈਂਬਰ ਬਣ ਗਿਆ। ਉਹਨੇ 2017 ਚ ਆਪਣਾ ਪੁੱਤਰ ਖੜਾ ਕੀਤਾ, ਉਹ ਹਾਰ ਗਿਆ। ਪਰ ਉਹਦਾ ਭਤੀਜਾ ਚੌਧਰੀ ਸੁਰਿੰਦਰ ਉਹ ਕਰਤਾਰਪੁਰ ਤੋਂ ਪਿਓ ਦੀ ਥਾਂ ਖੜਾ ਸੀ ਕਿਉਂਕਿ ਪਿਓ ਦੀ ਮੌਤ ਹੋ ਗਈ ਸੀ, ਉਹ ਉਥੋਂ ਕਰਤਾਰਪੁਰ ਤੋਂ MLA ਬਣ ਗਿਆ ਜੀ। ਅਗਲੀ 2022 ਦੀ ਚੋਣ ਚ ਚੌਧਰੀ ਸੁਰਿੰਦਰ ਹਾਰ ਗਿਆ ਤੇ ਉਥੋਂ ਆਮ ਆਦਮੀ ਪਾਰਟੀ ਦਾ ਬਲਕਾਰ ਤੋਂ ਜਿੱਤ ਗਿਆ ਜੀ। ਇਧਰ 2022 ਦੀਆਂ ਚੋਣਾਂ ਚ ਸੁਰਿੰਦਰ ਦੇ ਚਾਚੇ ਦਾ ਪੁੱਤ ਚੌਧਰੀ ਸੰਤੋਖ ਸਿੰਘ ਦਾ ਉਹ ਫਲੌਰ ਤੋਂ ਜਿੱਤ ਗਿਆ ਜਿਹੜਾ ਪਿਛਲੀ ਵਾਰੀ ਆ ਰਿਹਾ ਸੀ ਜੀ। ਚੌਧਰੀ ਸੰਤੋਖ ਨੇ ਇਧਰੋਂ ਪਾਰਲੀਮੈਂਟ ਦੀ ਸੀਟ ਵੀ ਜਿੱਤ ਲਈ ਜੀ। ਚੌਧਰੀ ਸੁਰਿੰਦਰ ਦੀ ਪੋਜੀਸ਼ਨ ਤੋੜਨੇ ਚ ਕਮਜ਼ੋਰ ਹੋ ਗਈ ਕਿ ਚਾਚਾ ਪਾਰਲੀਮੈਂਟ ਮੈਂਬਰ ਆ, ਚਾਚੇ ਦਾ ਪੁੱਤ MLA ਆ, ਤੇ ਇਹ ਕਿਸੇ ਗਿਣਤੀ ਵਿਚ ਵੀ ਨਹੀਂ ਸੀ। ਹੁਣ ਇਹ ਥਾਂ ਭਾਲਦਾ ਪਿਆ ਸੀ ਤੇ ਕਾਂਗਰਸ ਦੇ ਵਿਚ ਇਹਨੂੰ ਕੁਝ ਅਜੇ ਨਜ਼ਰ ਨਹੀਂ ਸੀ ਆਉਂਦਾ, ਅੱਗੋਂ ਵੀ ਬਹੁਤਾ ਕੁਝ ਨਜ਼ਰ ਨਹੀਂ ਆ ਰਿਹਾ। ਇਹਨੇ ਬੈਠਾ ਰਿਹਾ ਚੁੱਪ ਕਰਕੇ, ਜਦੋਂ ਵੇਖਿਆ ਕਿ ਹੋਰ ਕੋਈ ਰਾਹ ਨਹੀਂ ਰਹਿ ਗਿਆ ਜੀ, ਅੱਜ ਉਹਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਟੇਜ ਤੇ ਜਾ ਕੇ ਉਹਦੇ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕਰਤਾ। ਆਮ ਆਦਮੀ ਪਾਰਟੀ ਵੀ ਇੱਦਾਂ ਦੀ ਹੈ ਕਿ ਜਿਹੜਾ ਕੋਈ ਆਵੇ ਸਾਰਿਆਂ ਨੂੰ ਸ਼ਾਮਲ ਕਰੀ ਜਾਂਦੀ ਹੈ। ਜਿਹੜੀਆਂ ਪਹਿਲੀਆਂ ਗੱਲਾਂ ਹੁੰਦੀਆਂ ਸਨ ਕਿ ਵੱਖਰੀ ਨਿਆਰੀ ਪਾਰਟੀ ਆ ਤੇ ਵੱਖਰੇ ਨਿਆਰੇ ਨਾਲ ਢੰਗ ਨਾਲ ਚੱਲੇਗੀ, ਹੁਣ ਤਾਂ ਏਦਾਂ ਕਿ ਵੱਖਰੀ ਨਿਆਰੀ ਸੋਚ ਹੋਊਗੀ ਤੇ ਪਾਰਟੀ ਦੇ ਚੀਫ ਉਹਦੀ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਉਹਦੀ ਹੋਵੇਗੀ, ਜਾਂ ਫਿਰ ਜਿਹੜੇ ਹੈਗੇ ਆ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਹੋਵੇਗੀ, ਥੱਲੇ ਜਿਹੜੇ MLA ਆ ਉਹ ਵੀ ਤੇ ਜ਼ਿਲ੍ਹਿਆਂ ਦੇ ਲੀਡਰ ਵੀ, ਉਹ ਤਾਂ ਬਹੁਤ ਸਾਰੇ ਸਿਰਫ ਸਿਆਸੀ ਲੀਡਰ ਨੇ, ਉਨ੍ਹਾਂ ਚੋਂ ਕੋਈ ਵੀ ਇਹੋ ਜਿਹਾ ਨਹੀਂ ਜਿਹਨੂੰ ਸਿਆਸੀ ਕਿਸੇ ਸੋਚ ਨਾਲ ਵੱਧ ਕੇ ਇਸ ਪਾਰਟੀ ਚ ਆਇਆ। ਸਾਰੇ ਕੋਈ ਸਾਰੇ ਮਤਲਬ ਨਾ ਇਸ ਤਰ੍ਹਾਂ ਦੇ ਆ, ਤੇ ਇਹ ਹੁਣ ਚੌਧਰੀ ਸੁਰਿੰਦਰ ਉੱਥੇ ਚਲਾ ਗਿਆ, ਉਨ੍ਹਾਂ ਕੋਲ ਪਹਿਲਾਂ ਹੀ ਗਾਰਡ ਆ, ਕੱਲ ਨੂੰ ਕੋਈ ਚੇਅਰਮੈਨ ਨੀ ਟੁੱਟੀ ਭੱਜੀ ਇਹਨੂੰ ਵੀ ਦੇ ਦੂ ਦੇਣਗੇ ਜਿਹਦੇ ਨਾਲ ਝੰਡਾ ਲੱਗਾ ਰਹੇ ਤੇ ਚਾਚੇ ਦੇ ਪੁੱਤ ਨੂੰ ਵਿਖਾ ਸਕੇ ਕਿ ਸਰੀਕ ਹੈਗਾ ਜੇ ਕਾਇਮ ਆ। ਬਹੁਤਾ ਕੁਝ ਇਹਦੇ ਆਉਣ ਦਾ ਮਤਲਬ ਆਮ ਆਦਮੀ ਪਾਰਟੀ ਨੂੰ ਫਾਇਦਾ ਭਾਵੇਂ ਨਾ ਹੋਵੇ ਪਰ ਨੁਕਸਾਨ ਤੋਂ ਬਚ ਜਾਣਗੇ। ਦੂਸਰਾ ਪਾਸਾ ਕਾਂਗਰਸ ਦਾ ਇਹ ਹੈ ਕਿ ਕਾਂਗਰਸ ਨੂੰ ਕੇਰਾ ਬਹੁਤ ਲੱਗਾ ਪਿਆ, ਪਰ ਸੂਬੇ ਚੋਂ ਉਹਦੇ ਬੰਦੇ ਟੁੱਟਦੇ ਜਾ ਰਹੇ ਆ। ਉਹ ਕੇਰਲਾ ਦੇ ਵਿਚ ਪੁਰਾਣਾ ਕਾਂਗਰਸੀ ਮੁੱਖ ਮੰਤਰੀ ਸੀ AK Antony, ਉਹਦੇ ਬਾਰੇ ਕਹਿੰਦੇ ਸੀ ਕਿ ਮੁੱਖ ਮੰਤਰੀ ਹੁੰਦਿਆਂ ਥੱਕ ਜਾਵੇ, ਰਾਤ ਘਰ ਨਹੀਂ ਜਾਂਦਾ, ਉੱਥੇ ਦਰੀ ਦੇ ਉੱਤੇ ਸੌ ਜਾਂਦਾ ਜੀ, ਬੜਾ ਸਮਰਪਿਤ ਸੀ, ਇਮਾਨਦਾਰ ਗਿਣਿਆ ਜਾਂਦਾ ਸੀ। ਫਿਰ ਕੇਂਦਰ ਚ ਜਾ ਕੇ ਰੱਖਿਆ ਮੰਤਰੀ ਵੀ ਬਣਿਆ,
ਉਹਦਾ ਪੁੱਤਰ ਤਿੰਨ ਦਿਨ ਪਹਿਲਾਂ ਪਾਰਟੀ ਛੱਡ ਕੇ ਤੇ ਭਾਜਪਾ ਚਲਾ ਗਿਆ। ਉਹਦੇ ਬਾਅਦ ਆਂਧਰਾ ਪ੍ਰਦੇਸ਼ ਦਾ ਅਖੀਰਲਾ ਮੁੱਖ ਮੰਤਰੀ ਜਦੋਂ ਆਂਧਰਾ ਪ੍ਰਦੇਸ਼ ਟੁੱਟ ਕੇ ਚੋ ਤੇਲੰਗਾਨਾ ਨਿਕਲਿਆ, ਜਿਹੜਾ ਉਸ ਵਕਤ ਸੀਗਾ ਕਿਰਨ ਰੈਡੀ ਕਾਂਗਰਸ ਦਾ ਮੁੱਖ ਮੰਤਰੀ, ਉਹ ਵੀ ਕੱਲ ਛੱਡ ਕੇ ਕਾਂਗਰਸ ਨੂੰ ਤੇ ਭਾਜਪਾ ਚ ਚਲਾ ਗਿਆ। ਇਹਦਾ ਮਤਲਬ ਇਹ ਹੈ ਕਿ ਕਾਂਗਰਸੀਆਂ ਚ ਕਿਹੜਾ ਸਿਰਫ ਅਸੀਂ ਇਹ ਨਾ ਵੇਖੀਏ ਕਿ ਇੱਥੇ ਪੰਜਾਬ ਵਿਚ ਸਾਰੇ ਭਾਰਤ ਵਿਚ ਹੀ ਕਾਂਗਰਸ ਪਾਰਟੀ ਨੂੰ ਇਹ ਕਿਸ ਕਿਸ ਦਾ ਕਿਹੜਾ ਲੱਗਾ ਪਿਆ ਜਿਹਦੇ ਚੋ ਕਿਰਦੀ ਜਾ ਰਹੀ ਹੈ ਤੇ ਉਹ ਕੁਝ ਪੰਜਾਬ ਵਿਚ ਵੀ ਹੋ ਰਿਹਾ ਜੀ। ਤੇ ਅਕਾਲੀ ਦਲ ਦਾ ਕੀ ਹਾਲ ਹੈ ਜੀ? ਇਧਰੋਂ ਵੀ ਪਤਾ ਲੱਗਿਆ ਕਿ ਕੁਛ ਬੀਜੇਪੀ ਚੱਲ ਗਏ ਨੇ ਆਗੂ। ਅਕਾਲੀਆਂ ਵਿਚੋਂ ਵੀ ਕੁਝ ਬੀਜੇਪੀ ਚਲੇ ਗਏ, ਕੁਝ ਆਮ ਆਦਮੀ ਪਾਰਟੀ ਚ ਵੀ ਜਾਣ ਜੁਣ ਫਿਰਦੇ ਜੀ। ਕੁਝ ਇਹੋ ਜਿਹੇ ਸੱਜਣ ਜਿਨ੍ਹਾਂ ਦੇ ਉੱਤੇ ਕੇਸ ਬਣਦੇ ਬੁਣਦੇ ਪਏ ਜਾਂ ਬਣ ਗਏ, ਉਹ ਆਪਣੇ ਬਚਾਅ ਲਈ ਯਤਨ ਕਰਦੇ ਪਏ। ਜਿਨ੍ਹਾਂ ਨੂੰ ਰਾਹ ਨੀ ਕੋਈ ਲੱਭਦਾ ਉਹ ਕਿਸੇ ਨਾ ਕਿਸੇ ਠੋਈਆਂ ਤੱਕਦੇ ਨੇ, ਆਸਰਾ ਭਾਲਦੇ ਪਏ ਨੇ ਜੀ। ਕੁਝ ਇਹੋ ਜਿਹੇ ਆ ਜਿਨ੍ਹਾਂ ਤੇ ਕੇਸ ਬਣ ਗਿਆ ਤੇ ਪਤਾ ਇਧਰ ਆਮ ਆਦਮੀ ਪਾਰਟੀ ਨੇ ਲੈਣਾ ਹੀ ਨੀ, ਸਮਝੌਤੇ ਦਾ ਚਾਂਸ ਕੋਈ ਨੀ, ਉਹ ਭਾਜਪਾ ਵੱਲ ਭੱਜ ਰਿਹਾ। ਪਰ ਜਿਨ੍ਹਾਂ ਨੂੰ ਜਾਪਦਾ ਜੇ ਸਮਝੌਤਾ ਹੋ ਸਕਦਾ ਕੋਈ ਰਾਹ ਨਿਕਲ ਸਕਦਾ, ਉਹ ਆਮ ਆਦਮੀ ਪਾਰਟੀ ਵੱਲ ਵੀ ਜਾ ਰਹੇ ਨੇ। ਪਿਛਲਿਆਂ ਦਿਨਾਂ ਚ ਅਕਾਲੀ ਦਲ ਦੇ ਕਾਫੀ ਬੰਦੇ ਟੁੱਟ ਟੁੱਟ ਕੇ ਆਮ ਆਦਮੀ ਪਾਰਟੀ ਵਿਚ ਵੀ ਗਏ ਨੇ ਤੇ ਭਾਜਪਾ ਵਿਚ ਵੀ ਗਏ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਕੋਈ ਦੋਵਾਂ ਪਾਸਿਆਂ ਤੋਂ ਆਮ ਆਦਮੀ ਪਾਰਟੀ ਤੇ ਭਾਜਪਾ ਚੋਂ ਟੁੱਟ ਕੇ ਨਾ ਚਾਹੁੰਦਾ, ਤੇ ਮੈਨੂੰ ਸਿਰਫ ਇਕ ਤਰਫਾ ਜਿਹਾ ਵਹਿਣ ਚੱਲਦਾ ਪਿਆ। ਤੁਹਾਨੂੰ ਯਾਦ ਹੋਵੇਗਾ 6 ਮਹੀਨੇ ਪਹਿਲਾਂ ਇਕ ਵਾਰੀ ਆਪਾਂ ਦੋਵੇਂ ਗੱਲਾਂ ਕਰਦੇ ਸੀ ਇਸ ਦੇ ਪ੍ਰੋਗਰਾਮ ਚ, ਤੇ ਮੈਂ ਸੀ ਕਿ ਮੈਨੂੰ ਲੱਗਦਾ 2024 ਦੀਆਂ ਪਾਰਲੀਮੈਂਟ ਚੋਣਾਂ ਚ ਪੰਜਾਬ ਵਿਚ ਆਮ ਆਦਮੀ ਪਾਰਟੀ ਵਰਸਿਸ ਭਾਰਤੀ ਜਨਤਾ ਪਾਰਟੀ ਹੋਊ। ਅਕਾਲੀ ਦਲ ਕਮਜ਼ੋਰ ਹੁੰਦਾ ਜਾ ਰਿਹਾ, ਡਿੱਗਦਾ ਡਾ ਜਾ ਰਿਹਾ ਪੈਰ ਤੋਂ ਪੈਰ, ਤੇ ਕਾਂਗਰਸ ਪਾਰਟੀ ਵੀ ਕਿਰਦੀ ਜਾ ਰਹੀ ਹੈ। ਕਾਂਗਰਸ ਪਾਰਟੀ ਨੂੰ ਸਾਰੇ ਦੇਸ਼ ਚ ਹੀ ਕੇਰਾ ਲੱਗਾ ਪਿਆ, ਇਹਦਾ ਅਸਰ ਆ ਕਿ ਹੁਣ ਪੰਜਾਬ ਵਿਚ ਵੀ ਕੇਰਾ। ਅਕਾਲੀ ਦਲ ਦੀ ਹਾਲਤ ਤਾਂ ਪੈਰੋਂ ਪੈਰ ਹੋਰ ਤੋਂ ਹੋਰ ਮੁਸ਼ਕਿਲ ਹੁੰਦੀ ਜਾ ਰਹੀ ਹੈ। ਦੇਖੋ ਹੁਣ ਕੱਲ ਅਕਾਲੀ ਆਗੂ ਤੇ ਸਾਬਕਾ MLA ਇੰਦਰ ਇਕਬਾਲ ਸਿੰਘ ਅਟਵਾਲ ਜੀ, ਉਹ ਅਕਾਲੀ ਪਾਰਟੀ ਨੂੰ ਛੱਡ ਕੇ ਭਾਜਪਾ ਚਲਾ ਗਿਆ ਜੀ। ਉਹਦਾ ਬਾਪ ਚਰਨਜੀਤ ਸਿੰਘ ਅਟਵਾਲ ਪੁਰਾਣਾ ਅਕਾਲੀ ਲੀਡਰ ਸੀ, 1997 ਦੀਆਂ ਚੋਣਾਂ ਚ ਲੁਧਿਆਣੇ ਜ਼ਿਲ੍ਹੇ ਦੇ ਕੋਮ ਕਲਾਂ ਹਲਕੇ ਤੋਂ ਜਿੱਤਿਆ ਤੇ ਬਾਦਲ ਸਾਹਿਬ ਨੇ ਉਹਨੂੰ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ ਬਣਾਇਆ ਸੀ ਜੀ। ਅਗਲੀਆਂ ਚੋਣਾਂ ਦੇ ਵਿਚ ਉਹ ਪਾਰਲੀਮੈਂਟ ਮੈਂਬਰ ਚੁਣਿਆ ਗਿਆ ਤੇ ਉਥੇ ਵਾਜਪਾਈ ਸਾਹਿਬ ਨੇ ਉਹਨੂੰ ਡਿਪਟੀ ਸਪੀਕਰ ਬਣਵਾ ਦਿੱਤਾ ਕੁਝ ਦੇਰ ਬਾਅਦ। ਉਹਦੇ ਤੋਂ ਪਹਿਲਾਂ ਉਨ੍ਹਾਂ ਨੇ ਕੀ ਕੀਤਾ ਕਿ ਆਪਣੇ ਪੁੱਤਰ ਨੂੰ ਟਿਕਟ ਦਵਾ ਦਿੱਤੀ ਉਸੇ ਕੂਮ ਕਲਾਂ ਹਲਕੇ ਤੋਂ, 2002 ਚ ਉਨ੍ਹਾਂ ਦਾ ਪੁੱਤਰ ਇੰਦਰ ਇਕਬਾਲ ਸਿੰਘ MLA ਬਣ ਗਿਆ ਜਿਹੜਾ ਕੱਲ ਭਾਜਪਾ ਚ ਗਿਆ। ਇਹ ਇਕੋ ਵਾਰੀ MLA ਬਣਿਆ ਉਦੋਂ ਹੀ, ਉਸ ਤੋਂ ਬਾਅਦ 2007 ਦੀ ਚੋਣ ਲੜੀ, 12 ਦੀ ਲੜੀ, ਹਾਰ ਗਿਆ ਤੇ ਫਿਰ ਇਹਦਾ ਹਲਕਾ ਹੀ ਟੁੱਟ ਗਿਆ ਕੂਮ ਕਲਾਂ ਤੇ ਹੋਰ ਕਿਸੇ ਹਲਕੇ ਚ ਇਹਦੇ ਪੈਰ ਨਹੀਂ ਲੱਗੇ ਜੀ। ਇਹਦਾ ਬਾਪ ਡਿਪਟੀ ਸਪੀਕਰ ਹੁੰਦਾ ਸੀ ਪਾਰਲੀਮੈਂਟ ਦਾ, ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਵੀ ਰਿਹਾ ਸੀ, ਹਲਕਾ ਇਨ੍ਹਾਂ ਦਾ ਟੁੱਟ ਚੁੱਕਾ ਸੀ। ਉਹਨੂੰ ਬਾਦਲ ਅਕਾਲੀ ਦਲ ਨੇ ਚੁੱਕ ਕੇ ਲਿਆ ਕੇ ਤੇ ਜਲੰਧਰ ਦੀ ਪਾਰਲੀਮੈਂਟ ਸੀਟ ਰਿਜ਼ਰਵ ਸੀ ਇਥੋਂ ਖੜਾ ਕਰਤਾ ਜੀ। ਉਹ ਪਿਛਲੀ ਵਾਰੀ ਹਾਰ ਗਿਆ ਤੇ ਹਾਰਿਆ ਚੌਧਰੀ ਸੰਤੋਖ ਸਿੰਘ ਤੋਂ। ਇਹਦੇ ਤੋਂ ਬਾਅਦ ਹੁਣ ਨਾ ਤਾਂ ਚਰਨਜੀਤ ਸਿੰਘ ਅਟਵਾਲ ਨੂੰ ਅਕਾਲੀ ਦਲ ਕੁਝ ਦੇ ਸਕਦਾ ਸੀ, ਨਾ ਭਾਜਪਾ ਦੇਣ ਨੂੰ ਤਿਆਰ ਸੀ। ਇਹ ਫਿਰ ਵਿਚ ਵਿਚਾਲੇ ਬੈਠਾ ਸੀ, ਵਿਚੋਂ ਇਹ ਚਰਚਾ ਚੱਲਦੀ ਸੀ ਕਿ ਚਰਨਜੀਤ ਸਿੰਘ ਅਟਵਾਲ ਆਮ ਆਦਮੀ ਪਾਰਟੀ ਚ ਆ ਸਕਦਾ। ਅਸੀਂ ਸਮਝੇ ਸੀ ਕਿ ਇਧਰ ਉਹਨੇ ਨਹੀਂ ਆਉਣਾ। ਹੌਲੀ ਹੌਲੀ ਅੰਦਰੇ ਅੰਦਰ ਗੱਲ ਚੱਲੀ ਤੇ ਪਤਾ ਲੱਗਾ ਕਿ ਉਹਦਾ ਪੁੱਤਰ ਭਾਰਤੀ ਜਨਤਾ ਪਾਰਟੀ ਜਾ ਰਿਹਾ ਤੇ ਅਗਲੀ ਵਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜੇਗਾ। ਇਹਦੇ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਜਿਹੜੀ ਆ ਉਹ ਸੁਖਨੈਬ ਜੀ ਇਹ ਆ, ਪਿਛਲੇ 3-4 ਦਿਨਾਂ ਤੋਂ ਅਕਾਲੀ ਦਲ ਬਹੁਤ ਐਕਟਿਵ ਆ ਕੈਂਡੀਡੇਟ ਲੱਭਣ ਵਾਸਤੇ। ਉਨ੍ਹਾਂ ਨੂੰ ਕੈਂਡੀਡੇਟ ਕੋਈ ਨਹੀਂ ਲੱਭ ਰਿਹਾ, ਕਦੇ ਉਹ ਕਿਸੇ ਨੂੰ ਕਹਿੰਦੇ ਆ ਕਦੇ ਕਿਸੇ ਨੂੰ। ਉਨ੍ਹਾਂ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਸੀ, ਰਲ ਕੇ ਉਨ੍ਹਾਂ ਨੇ ਚੋਣਾਂ ਲੜੀਆਂ ਸੀ ਜੀ। ਜਿਹੜੇ ਹਲਕਿਆਂ ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਖੜੇ ਸੀ ਉਥੇ ਤਾਂ ਵੋਟਾਂ ਚੰਗੀਆਂ ਪਈਆਂ, ਜਿੱਥੇ ਅਕਾਲੀ ਉਮੀਦਵਾਰ ਖੜੇ ਸੀ ਉਥੇ ਵੋਟਾਂ ਕਮਜ਼ੋਰ ਪਈਆਂ ਨੇ। ਬਹੁਜਨ ਸਮਾਜ ਪਾਰਟੀ ਇਹ ਸਮਝਦੀ ਹੈ ਕਿ ਇਨ੍ਹਾਂ ਨਾਲ ਲੱਗ ਕੇ ਸਾਡਾ ਫਾਇਦਾ ਨਹੀਂ ਹੋ ਰਿਹਾ,
ਪਰ ਉਹ ਫੇਰ ਵੀ ਉਨ੍ਹਾਂ ਕੋਲ ਹੋਰ ਟਿਕਾਣਾ ਕੋਈ ਨੀ, ਕਿਹਦੇ ਨਾਲ ਸਮਝੌਤਾ ਕਰਨ। ਜਦੋਂ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋਇਆ, ਸਰਦੀਆਂ ਚ ਜਦੋਂ ਰਾਹੁਲ ਗਾਂਧੀ ਇੱਥੇ ਪਦ ਯਾਤਰਾ ਕਰਦਾ ਕਰਦਾ ਆਇਆ ਸੀ, ਇੱਕ ਸਟੇਟ ਜਾਣਾ ਸੀ, ਉਹਦੇ ਤੋਂ ਥੋੜੇ ਦਿਨਾਂ ਬਾਅਦ ਹੀ ਇਹਨੇ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕਰਤਾ ਕਿ ਜਲੰਧਰ ਦੀ ਪਾਰਲੀਮੈਂਟ ਸੀਟ ਅਕਾਲੀ ਦਲ ਨਹੀਂ ਲੜੇਗਾ, ਇਹ ਸੀਟ ਸਮਝੌਤੇ ਚ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਛੱਡਾਂਗੇ। ਮੈਂ ਉਦੋਂ ਵੀ ਆਖਿਆ ਸੀ ਕਿ ਮਰਿਆ ਸੱਪ ਉਨ੍ਹਾਂ ਦੇ ਗਲ ਪਾਉਣ ਲੱਗੇ ਆ, ਕਿਉਂਕਿ ਅਕਾਲੀਆਂ ਨੂੰ ਪਤਾ ਵੀ ਅਸੀਂ ਇੱਥੋਂ ਜਿੱਤਣ ਨਹੀਂ ਜੋਗੇ, ਤੇ ਚਲੋ ਇਨ੍ਹਾਂ ਨੂੰ ਫਸਾ ਦਿਓ, ਆਪੇ ਫਸੇ ਰਹਿਣਗੇ। ਉਹ ਗੱਲ ਜਿਹੜੀ ਸੀ ਉਹ ਕਈ ਪਾਸੇ ਚੱਲ ਪਈ, ਅਖੀਰ ਹੋਇਆ ਇਹ ਆ ਕਿ ਉਨ੍ਹਾਂ ਨੇ ਵੀ ਇਹ ਕਹਿਤਾ ਕਿ ਅਸੀਂ ਨਹੀਂ ਲੜਨੀ। ਉਨ੍ਹਾਂ ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਆਖਿਆ ਤੇ BSP ਨੇ ਆਖਿਆ ਕਿ ਇਹ ਕੈਂਡੀਡੇਟ ਏਡੀ ਦੂਰ ਇੱਥੇ ਆ ਕੇ ਨਹੀਂ ਹੋ ਸਕਦਾ, ਉਹਦਾ ਪਿੰਡ ਉਹ ਬਲਾ ਚੌਕ ਲੱਗ ਗਿਆ, ਨਵਾਂ ਸ਼ਹਿਰ ਤੇ ਬਲਾ ਚੌਕ ਦੇ ਵਿਚਾਲੇ, ਇੱਥੇ ਉਹਦਾ ਆਧਾਰ ਕੋਈ ਨਹੀਂ। ਫਿਰ ਅਕਾਲੀਆਂ ਦਾ ਸਾਬਕਾ MLA ਤੇ ਸਾਬਕਾ ਮੰਤਰੀ ਆ ਪਵਨ ਕੁਮਾਰ ਜੀ ਨੂੰ ਇਨ੍ਹਾਂ ਨੇ ਉਹਨੂੰ ਆਖਿਆ ਕਿ ਉਹ ਪਹਿਲਾਂ BSP ਚ ਹੁੰਦਾ ਸੀ, ਫਿਰ ਅਕਾਲੀ ਦਲ ਚ ਆ ਕੇ ਮੰਤਰੀ ਤੇ MLA ਬਣਿਆ ਸੀ, ਵੀ ਉਹਨੂੰ ਅਸੀਂ BSP ਚ ਸ਼ਾਮਲ ਕਰ ਦਿੰਦੇ ਆ, ਬੰਦਾ ਸਾਡਾ ਹੀ ਆ ਤੇ BSP ਵੱਲੋਂ ਚੋਣ ਲੜ ਲੂਗਾ। ਉਹ ਵੀ ਗੱਲ ਨਹੀਂ ਬਣੀ। ਮੁੜ ਕੇ ਅਕਾਲੀਆਂ ਦਾ ਇਕ ਮੰਤਰੀ ਹੁੰਦਾ ਸੀ ਫਲੌਰ ਤੋਂ ਸਰਵਣ ਸਿੰਘ, ਉਹ ਤੇ ਚੌਧਰੀ ਸੰਤੋਖ ਸਿੰਘ ਵਾਰੀ ਵਾਰੀ ਕਦੇ ਜਿੱਦਾਂ ਸੀ ਕਦੇ ਉਹ ਜਿੱਦਾਂ ਸੀ, ਤੇ ਦੋਵੇਂ ਚੁੱਪ ਚਪੀਤੇ ਜੇ ਸਨ, ਬਹੁਤਾ ਔਖਾ ਭੈੜਾ ਨਹੀਂ ਸੀ ਬੋਲਦੇ ਹੁੰਦੇ। ਉਹ ਪਿਛਲੇ ਸਮੇਂ ਚ ਇਕ ਵਾਰੀ ਡਰੱਗ ਕੇਸ ਦੇ ਵਿਚ ਤੇ ਐਨਫੋਰਸਮੈਂਟ ਦੇ ਚੱਕਰ ਵਿਚ ਫਸ ਗਿਆ ਸੀ ਸਰਵਣ ਤੋਂ ਫਲੌਰ, ਤੇ ਬਾਦਲ ਸਰਕਾਰ ਉਦੋਂ ਹੁੰਦੀ ਸੀ, ਇਨ੍ਹਾਂ ਨੇ ਆਖਿਆ ਦੇ ਅਸਤੀਫ਼ਾ, ਉਹਨੇ ਅਸਤੀਫ਼ਾ ਦੇ ਦਿੱਤਾ। ਮੁੜ ਕੇ ਇਨ੍ਹਾਂ ਉਹਦੀ ਬਾਹ ਨਾ ਫੜੀ, ਉਹ ਪਾਰਟੀ ਛੱਡ ਕੇ ਕਾਂਗਰਸ ਤੋਂ ਚਲਾ ਗਿਆ, ਕਦੇ ਕਿਸੇ ਪਾਸੇ ਚਲਾ ਗਿਆ। ਹੁਣ ਇਨ੍ਹਾਂ ਨੇ ਫਿਰ ਉਹਨੂੰ ਵਾਪਸ ਲੈ ਲਿਆ ਤੇ ਉਹਨੂੰ ਕਹਿੰਦੇ ਸੀ ਤੂੰ ਇੱਥੋਂ ਆ ਕੇ ਚੋਣ ਲੜ। ਪਤਾ ਨਹੀਂ ਉਹਨੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ ਜਾਂ ਇਨ੍ਹਾਂ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਹੈ। ਹੁਣ ਹਾਲਤ ਇਹ ਹੈ ਕਿ ਅਕਾਲੀ ਦਲ ਕੋਲ ਇੱਥੇ ਚੋਣ ਲੜਨ ਵਾਲਾ ਕੈਂਡੀਡੇਟ ਹੀ ਕੋਈ ਨਹੀਂ ਲੱਭ ਰਿਹਾ। ਜਿਹਨੂੰ ਕਹਿੰਦੇ ਚੋਣ ਲੜਦਾ ਉਹ ਹੀ ਅੱਗੋਂ ਸਿਰ ਫੇਰ ਦਿੰਦਾ। ਪਰਸੋਂ ਚੌਥ ਇਕ ਗੱਲ ਇਹ ਸੁਣੀ ਗਈ ਕਿ ਹੁਣ ਅਕਾਲੀਆਂ ਦੀ ਤੇ ਭਾਜਪਾ ਦੀ ਆਪੋ ਚ ਗੱਲ ਚੱਲਦੀ ਹੈ। ਅਕਾਲੀ ਲੀਡਰਸ਼ਿਪ ਨੇ ਭਾਜਪਾ ਨੂੰ ਆਖਿਆ ਕਿ ਆਪਾਂ ਮੁੜ ਕੇ ਫਿਰ ਸਮਝੌਤਾ ਕਰ ਲਈਏ, ਤੇ ਭਾਜਪਾ ਵਾਲੇ ਇਸ ਵੇਲੇ ਇਨ੍ਹਾਂ ਨੂੰ ਲਾਗੇ ਨਹੀਂ ਲਾਉਂਦੇ। ਉਨ੍ਹਾਂ ਨੇ ਮਜ਼ਾਕ ਨਾਲ ਪਿੱਛੇ ਜੇ ਆਖਿਆ ਸੀ ਚੰਗਾ ਫਿਰ ਕਰ ਲੈਂਦੇ ਸਮਝੌਤਾ, ਅੱਗੇ 117 ਚੋਂ 23 ਸੀਟਾਂ ਸਾਨੂੰ ਤੁਸੀਂ ਦਿੰਦੇ ਸੀ, ਹੁਣ 117 ਚੋਂ ਤੁਸੀਂ 23 ਲੈ ਲਓ, ਤੁਹਾਡੇ ਤੇ ਪੱਲੇ ਕੁਛ ਨਹੀਂ, ਬਾਕੀ ਅਸੀਂ ਲੜ ਲਾਂਗੇ। ਉਹ ਗੱਲ ਹਾਸੇ ਚ ਟਲ ਗਈ। ਫਿਰ ਉਨ੍ਹਾਂ ਨੇ ਕਹਿੰਦੇ ਭਾਜਪਾ ਵਾਲਿਆਂ ਨੇ ਆਖਿਆ ਕਿ ਏਦਾਂ ਕਰ ਲੈਂਦੇ ਆ 70 80 ਲੜ ਦਈਏ ਤੇ 47 ਤੁਹਾਨੂੰ ਦੇ ਦਿੰਦੇ ਆ। ਅਕਾਲੀ ਇਸ ਗੱਲ ਦੇ ਉੱਤੇ ਵੀ ਬੇਇੱਜ਼ਤੀ ਮਹਿਸੂਸ ਕਰਦੇ ਆ ਕਿ ਕਿੱਥੇ ਅਸੀਂ 94 ਲੜਦੇ ਸੀ ਤੇ ਕਿੱਥੇ ਹੁਣ ਅਸੀਂ ਇੰਨੇ ਥੱਲੇ ਲੱਗ ਜਾਈਏ ਕਿ ਉਹਦਾ ਮਤਲਬ ਬਿਲਕੁਲ ਅੱਧ ਚ ਆ ਜਾਈਏ ਤੇ ਵਿਧਾਨ ਸਭਾ ਦੀਆਂ ਅੱਧੀਆਂ ਸੀਟਾਂ ਵੀ ਨਾ ਲੜੀਏ ਥੱਲੇ ਲੱਗ ਜਾਂਦੇ ਆ। ਮੁੜ ਕੇ ਪਾਰਲੀਮੈਂਟ ਸੀਟਾਂ ਦੀ ਵੀ ਗੱਲ ਚੱਲੀ, ਅੱਗੇ ਇਹ ਭਾਜਪਾ ਨੂੰ 3 ਛੱਡਦੇ ਸੀ, ਹੁਣ ਭਾਜਪਾ ਨੇ ਆਖਿਆ ਜੀ ਤੁਸੀਂ ਇੰਨੇ ਸਾਨੂੰ ਛੱਡਣੇ ਆ, ਅਸੀਂ ਤੁਹਾਨੂੰ ਛੱਡਾਂਗੇ ਕਿੰਨੀਆਂ ਛੱਡਣੀਆਂ ਨੇ, ਕਿਉਂਕਿ ਸੰਗਰੂਰ ਦੀ ਜਿਹੜੀ ਪਾਰਲੀਮੈਂਟ ਸੀਟ ਭਗਵੰਤ ਮਾਨ ਨੇ ਖਾਲੀ ਕੀਤੀ ਸੀ ਮੁੱਖ ਮੰਤਰੀ ਬਣ ਕੇ, ਉਹਦੀ ਚੋਣ ਚ ਭਾਜਪਾ ਦੀਆਂ ਵੋਟਾਂ ਵੱਧ ਸੀ ਤੇ ਅਕਾਲੀਆਂ ਦੀਆਂ ਬਹੁਤ ਘੱਟ ਸੀ, ਅਕਾਲੀਆਂ ਨੂੰ ਸਿਰਫ 6% ਵੋਟਾਂ ਪਈਆਂ ਸੀ, ਉਹਦਾ ਕਰਕੇ ਭਾਜਪਾ ਮਜ਼ਾਕ ਉਡਾਉਂਦੀ ਪਈ ਹੈ। ਹੁਣ ਅਕਾਲੀ ਜੇ ਭਾਜਪਾ ਕੋਲ ਇੰਨੇ ਨੀਵੇਂ ਹੋ ਕੇ ਜਾਣ ਤਾਂ ਵੀ ਇਨ੍ਹਾਂ ਦੀ ਬੇਇੱਜ਼ਤੀ ਬਹੁਤ ਹੈ, ਤੇ ਜੇ ਨੀਵੇਂ ਹੋ ਕੇ ਨਹੀਂ ਜਾਂਦੇ ਤੇ ਵੱਖਰੇ ਤੌਰ ਤੇ ਪਾਰਟੀ ਚਲਾ ਸਕਣਾ ਇਨ੍ਹਾਂ ਲਈ ਔਖਾ ਹੋਇਆ ਪਿਆ। ਵੱਡੇ ਬਾਦਲ ਸਾਹਿਬ ਤਾਂ ਹੁਣ ਪਾਰਟੀ ਚਲਾਉਣ ਦੀ ਪੋਜੀਸ਼ਨ ਚ ਨਹੀਂ ਤੇ ਛੋਟੇ ਤੋਂ ਪਾਰਟੀ ਚੱਲਦੀ ਨਹੀਂ, ਬਦੋ ਬਦੀ ਦੀ ਲੀਡਰੀ ਦੇ ਚੱਕਰ ਚ ਉਹਨੇ ਪਾਰਟੀ ਦਾ ਇੰਨਾ ਕੁ ਕੰਮ ਖਰਾਬ ਕਰ ਲਿਆ ਕਿ ਵਰਕਰ ਹੌਲੀ ਹੌਲੀ ਜਿਸ ਤਰ੍ਹਾਂ ਤੁਸੀਂ ਇੰਦਰ ਇਕਬਾਲ ਸਿੰਘ ਅਟਵਾਲ ਦੀ ਗੱਲ ਕੀਤੀ ਆ, ਉਹ ਵੀ ਅਗਲਿਆਂ ਦਿਨਾਂ ਚ ਮੇਰੀ ਜਾਣਕਾਰੀ ਇਹ ਕਹਿੰਦੀ ਹੈ ਕਿ ਕਾਂਗਰਸ ਤੇ ਵੀ ਕੁਝ ਹੋਰ ਬੰਦੇ ਛੱਡ ਕੇ ਆਮ ਆਦਮੀ ਪਾਰਟੀ ਜਾਂ ਭਾਜਪਾ ਚ ਜਾ ਸਕਦੇ ਆ ਤੇ ਅਕਾਲੀਆਂ ਦੇ ਵੀ ਜਾ ਸਕਦੇ। ਜੀ ਬਿਲਕੁਲ, ਇਹ ਕੁਛ ਵੀ ਹੋ ਸਕਦਾ ਜੀ। ਪੰਨ ਸਾਹਿਬ, ਸਨੀ ਦਿਓਲ ਅੱਜ ਕੱਲ ਕਿੱਥੇ ਹੈ? ਬੜੀ ਹਾਸੋਹੀਣੀ ਜੀ ਗੱਲ ਹੈ। ਪਹਿਲਾਂ ਤਾਂ ਆਈ ਸੀ ਪਾਰਲੀਮੈਂਟ ਤੋਂ ਖ਼ਬਰ ਕਿ ਬਜਟ ਜਿਹੜਾ 23 ਦਿਨ ਚੱਲਿਆ, ਉਨ੍ਹਾਂ 23 ਦੇ ਵਿਚ ਸਨੀ ਦਿਓਲ ਸਿਰਫ 2 ਦਿਨ ਗਿਆ ਤੇ 21 ਦਿਨ ਗਿਆ ਹੀ ਨੀ। ਸੁਖਬੀਰ ਸਿੰਘ ਬਾਦਲ 4 ਦਿਨ ਗਿਆ ਤੇ 19 ਦਿਨ ਨਹੀਂ ਗਿਆ, ਪਰ ਇਹਦੀ ਸਮਝ ਆਉਂਦੀ ਹੈ ਕਿ ਪਾਰਟੀ ਦਾ ਪ੍ਰਧਾਨ ਹੈ, ਪੰਜਾਬ ਵਿਚ ਤੇ ਲੋਕਾਂ ਚ ਫਿਰਦਾ ਸੀ, ਸਨੀ ਦਿਓਲ ਪੰਜਾਬ ਦੇ ਲੋਕਾਂ ਚ ਵੀ ਕਿਤੇ ਨੀ ਗਾ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਾਰਲੀਮੈਂਟ ਦੇ 23 ਦਿਨਾਂ ਦੇ ਇਜਲਾਸ ਚ ਕਾਂਗਰਸ ਦੇ 4 ਲੀਡਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਇੱਕ
ਜਿਹੜਾ ਗਿਆ ਗੁਰਜੀਤ ਸਿੰਘ ਔਜਲਾ ਤੇ ਇਕ ਹੋਰ ਮੇਰੇ ਦਿਮਾਗ ਚੋ ਇਸ ਤਰ੍ਹਾਂ ਨਿਕਲ ਗਿਆ ਜੀ, ਇਹ ਚਾਰ ਜਾਣੇ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ ਜਿੱਤਿਆ ਜੀ, ਇਹ ਚਾਰ ਜਾਣੇ 23-3 ਇਨ੍ਹਾਂ ਦੀਆਂ 100% ਹਾਜ਼ਰੀਆਂ ਨੇ। ਅੱਛਾ, ਜਿਹੜਾ ਪ੍ਰਨੀਤ ਕੌਰ ਆ ਉਹ ਇਕ ਦਿਨ ਉਹਨੇ ਮਿਸ ਕੀਤਾ, ਤੇ ਜਿਹੜਾ ਜਸਵੀਰ ਸਿੰਘ ਡਿੰਪਾ ਤੇ ਸਿਮਰਜੀਤ ਸਿੰਘ ਮਾਨ ਹੈ ਉਨ੍ਹਾਂ ਨੇ ਸਿਰਫ 2 ਦਿਨ ਮਿਸ ਕੀਤੇ। ਜੇ ਸੁਖਬੀਰ ਤੋਂ ਬਾਅਦ ਸਿਰਫ 4 ਦਿਨ ਗਿਆ, ਉਹ ਜਿਹੜਾ ਹੈਗਾ ਸਨੀ ਦਿਓਲ ਉਹ ਸਿਰਫ 2 ਦਿਨ ਗਿਆ। ਲੋਕੀ ਮਜ਼ਾਕ ਕਟਾਉਂਦੇ ਸੀ ਇਹ ਕੀ ਹੋਇਆ। ਇਹਦੇ ਤੋਂ ਬਾਅਦ ਹੁਣ ਹਲਕੇ ਚ ਰਿਪੋਰਟਾਂ ਆਉਣ ਲੱਗ ਪਈਆਂ ਕਿ ਗੁਰਦਾਸਪੁਰ ਹਲਕੇ ਚ ਵੀ ਕਿਤੇ ਨੀ ਲੱਭਦਾ, ਉਹਦੇ ਖਿਲਾਫ਼ ਬੜੇ ਪੋਸਟਰ ਵੀ ਲੱਗੇ ਕਿ ਸਾਡਾ ਪਾਰਲੀਮੈਂਟ ਮੈਂਬਰ ਕਿੱਥੇ ਆ, ਲੱਭ ਨੀ ਰਿਹਾ, ਉਹ ਤਾਂ ਵੀ ਨੀ ਆਇਆ। ਤੁਹਾਨੂੰ ਪਤਾ ਕਿਸਾਨ ਐਜੂਕੇਸ਼ਨ ਚੱਲੀ ਤੇ ਪੰਜਾਬ ਦੇ ਹਰ ਹਲਕੇ ਚ ਰੌਲਾ ਪੈਂਦਾ ਸੀ। ਉਸ ਰੌਲੇ ਦੌਰਾਨ ਜਿਹੜਾ ਸਨੀ ਦਿਓਲ ਸੀ ਇਹਦੇ ਬਾਰੇ ਸਭ ਤੋਂ ਵੱਧ ਚਰਚਾ ਸੀ ਕਿ ਇਹ ਚੰਗਾ ਬੰਦਾ ਜਿਹੜਾ ਪੰਜਾਬ ਦੇ ਵਿਚ ਕਿਸੇ ਪਾਸੇ ਵੀ ਨੀ ਲੱਭਦਾ, ਜੇ ਇਹਨੇ ਕਿਸਾਨਾਂ ਦਾ ਸਾਥ ਨਹੀਂ ਦੇਣਾ ਤੇ ਆਪਣੀ ਸਰਕਾਰ ਨਾਲ ਹੀ ਖਲੋ ਜੇ, ਉਧਰ ਵੀ ਨੀ ਖਲੋ ਰਿਹਾ, ਇਹ ਦੋਵਾਂ ਚੋਂ ਕਿਸੇ ਪਾਸੇ ਨੀ ਗਿਆ, ਕਿੱਥੇ ਚਲਾ ਗਿਆ, ਇਹਦਾ ਕੋਈ ਬਿਆਨ ਵੀ ਨਹੀਂ ਸੀ ਆਇਆ। ਫਿਰ ਇਕ ਦਿਨ ਪਾਰਲੀਮੈਂਟ ਚ ਆਇਆ, ਉਥੇ ਪੁੱਛਿਆ ਤੇ ਉਥੇ ਥੋੜਾ ਜਿਹਾ ਸਰਕਾਰ ਦੇ ਪੱਖ ਵਿਚ 3 ਬਿੱਲਾਂ ਦੀ ਹਮਾਇਤ ਵਿਚ ਬੋਲ ਗਿਆ। ਉਦੋਂ ਬਾਅਦ ਵੀ ਅੱਜ ਤੱਕ ਇਹ ਹਲਕੇ ਚ ਕਦੇ ਨੀ ਵੜਿਆ, ਆਪਣੀ ਸ਼ੂਟਿੰਗ ਵਗੈਰਾ ਕਰਨ ਕੁਰਨ ਚ ਫਿਲਮਾਂ ਦੇ ਚੱਕਰ ਚ ਤੁਰਿਆ ਫਿਰਦਾ, ਜਿੱਥੇ ਮਰਜ਼ੀ ਤੁਰਿਆ ਫਿਰੇ, ਉਹਦਾ ਲੋਕਾਂ ਨੂੰ ਕੋਈ ਅਸਰ ਨਹੀਂ। ਹੁਣ ਇਹਦੇ ਤੋਂ ਬਾਅਦ ਇਸ ਵੇਲੇ ਦੀ ਸਥਿਤੀ ਇਹ ਆ ਕਿ ਗੁਰਦਾਸਪੁਰ ਹਲਕੇ ਚ ਸਮਝ ਨੀ ਲੱਗਦੀ ਕਿ ਅਗਲੇ ਸਾਲ ਭਾਜਪਾ ਚੋਣ ਕਿਹਨੂੰ ਲੜਾਵੇਗੀ। ਗੁਰਦਾਸਪੁਰ ਹਲਕਾ ਉਹ ਆ ਜਿੱਥੇ ਲੰਮਾ ਸਮਾਂ ਕਾਂਗਰਸੀਆਂ ਦਾ ਕਬਜ਼ਾ ਰਿਹਾ। ਪਹਿਲਾਂ ਸੁਖਵੰਤ ਕੌਰ ਭਿੰਡਰ ਸ਼ਾਇਦ 5 ਵਾਰ ਜਿੱਤੀ ਸੀ, ਫਿਰ ਪ੍ਰਤਾਪ ਬਾਜਵਾ ਵੀ ਜਿੱਤਦਾ ਰਿਹਾ। ਇਨ੍ਹਾਂ ਵੇਖਿਆ ਕਿ ਹਲਕਾ ਸਾਡੇ ਕਾਬੂ ਨਹੀਂ ਆਉਂਦਾ ਤੇ ਇਨ੍ਹਾਂ ਨੇ ਫਿਲਮ ਸਟਾਰ ਲੈ ਆਂਦਾ ਸੀ ਵਿਨੋਦ ਖੰਨਾ। ਵਿਨੋਦ ਖੰਨਾ ਨੂੰ ਇੱਥੇ ਲਿਆ ਕੇ ਲੜਾਇਆ, ਉਹ ਜਿੱਤ ਗਿਆ, ਲੋਕਾਂ ਚ ਬੜੀ ਚਰਚਾ ਚੱਲੀ, ਬੜਾ ਵੱਡਾ ਹੀਰੋ ਹੈ, ਪਰ ਉਹ ਮੁੜ ਕੇ ਹਲਕੇ ਚ ਲੱਭਦਾ ਨਹੀਂ ਸੀ। ਫਿਰ ਰੌਲਾ ਪੈ ਗਿਆ, ਮੁੜ ਕੇ ਵਾਜਪੇਈ ਸਾਹਿਬ ਨੇ ਸਦ ਕੇ ਆਖਿਆ ਵੀ ਏਦਾਂ ਨੀ ਗੱਲ ਬਣਨੀ। ਉਹ ਅਗਲੀਆਂ ਚੋਣਾਂ ਦੇ ਨੇੜੇ ਆ ਕੇ ਥੋੜਾ ਚੱਕਰ ਚੁੱਕਰ ਉਹਨੇ ਮਾਰਿਆ, ਉਹ ਫੇਰ ਜਿੱਤ ਗਿਆ ਤੇ ਵਾਜਪੇਈ ਸਾਹਿਬ ਦੀ ਸਰਕਾਰ ਬਣ ਗਈ ਤੇ ਉਨ੍ਹਾਂ ਨੇ ਚੁੱਕ ਕੇ ਕੇਂਦਰ ਦੇ ਵਿਚ ਮੰਤਰੀ ਬਣਾ ਦਿੱਤਾ। ਜਦੋਂ ਵਿਨੋਦ ਖੰਨਾ ਦੀ ਡੈਥ ਹੋ ਗਈ, ਉਹਦੀ ਮੌਤ ਤੋਂ ਬਾਅਦ ਹਲਕਾ ਖਾਲੀ ਸੀ ਤੇ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ। ਉਪ ਚੋਣ ਹੋਈ ਤੇ ਉਨ੍ਹਾਂ ਨੇ ਉਸ ਹਲਕੇ ਚੋਂ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਖੜਾ ਕਰਤਾ। ਸੁਨੀਲ ਜਾਖੜ ਦੇ ਮੁਕਾਬਲੇ ਜੇ ਤੇ ਵਿਨੋਦ ਖੰਨੇ ਵਰਗਾ ਕੋਈ ਫਿਲਮ ਸਟਾਰ ਲੈ ਆਉਂਦੇ ਫਿਰ ਤਾਂ ਭਾਜਪਾ ਜਿੱਤ ਜਾਂਦੀ। ਉਨ੍ਹਾਂ ਨੇ ਭਾਜਪਾ ਦੇ ਇਕ ਲੀਡਰ ਨੂੰ, ਕਾਰੋਬਾਰੀ ਬੰਦਾ, ਉਹਨੂੰ ਬਾਂਬੇ ਤੋਂ ਲਿਆ ਕੇ ਖੜਾ ਕਰਤਾ। ਉਹ ਇੱਥੇ ਹਾਰ ਗਿਆ ਬੜੀ ਬੁਰੀ ਤਰ੍ਹਾਂ ਤੇ ਸੁਨੀਲ ਜਾਖੜ ਜਿੱਤ ਗਿਆ। ਸੁਨੀਲ ਜਾਖੜ ਦੀ ਜਿੱਤ ਤੋਂ ਬਾਅਦ ਫਿਰ ਭਾਜਪਾ ਨੂੰ ਚਿੰਤਾ ਲੱਗੀ ਹੁਣ ਕੀ ਕਰੀਏ, ਤੇ 2019 ਦੀਆਂ ਚੋਣਾਂ ਚ ਇਨ੍ਹਾਂ ਨੇ ਦੂਸਰਾ ਫਿਲਮ ਸਟਾਰ ਸਨੀ ਦਿਓਲ ਲੈ ਆਂਦਾ। ਹੁਣ ਸਨੀ ਦਿਓਲ ਤੋਂ ਪਹਿਲਾਂ ਸਨੀ ਦਿਓਲ ਦਾ ਬਾਪ ਧਰਮਿੰਦਰ ਵੀ ਪਾਰਲੀਮੈਂਟ ਚ ਗਿਆ ਸੀ ਚੋਣ ਲੜ ਕੇ ਰਾਜਸਥਾਨ ਦੇ ਬੀਕਾਨੇਰ ਤੋਂ, ਉਹ ਵੀ ਬਾਅਦ ਚ ਫਲਾਪ ਸਾਬਤ ਹੋਇਆ ਸੀ। ਜਦੋਂ ਉਹਨੇ ਚੋਣ ਲੜਨੀ ਸੀ ਤੇ ਬੀਕਾਨੇਰ ਚ ਜਾ ਕੇ ਸਟੇਜ ਤੋਂ ਡਾਇਲਾਗ ਬੋਲਦਾ ਸੀ ਸ਼ੋਲੇ ਫਿਲਮ ਵਾਲੇ, ਬੀਕਾਨੇਰ ਵਾਲੋ ਅਗਰ ਮੁਝੇ ਟਿਕਟ ਵੋਟ ਨਾ ਦੇ ਤੋ ਪਤਾ, ਉਸ ਤੋਂ ਬਾਅਦ ਸਾਰੀ ਕਹਾਣੀ ਉਹ ਸ਼ੋਲੇ ਫਿਲਮ ਵਾਲੇ ਕਰਦਾ ਸੀ। ਜਦੋਂ ਜਿੱਤ ਗਿਆ ਤੋ ਬੀਕਾਨੇਰ ਵੱਲ ਮੂੰਹ ਨਾ ਕਰਿਆ ਕਰੇ। ਫਿਰ ਬੀਕਾਨੇਰ ਦੇ ਕਿਸਾਨ ਟੈਂਕੀ ਤੇ ਚੜ ਗਏ, ਇਹ ਵੀ ਟੈਂਕੀ ਤੇ ਚੜਿਆ ਸ਼ੋਲੇ ਫਿਲਮ ਚ, ਉਹ ਕਿਸਾਨ ਵੀ ਟੈਂਕੀਆਂ ਤੇ ਚੜ ਗਏ। ਹੁਣ ਅਸੀਂ ਉਹਨੂੰ ਕਹਿੰਦੇ ਆ ਜੇ ਇੱਥੇ ਨਾ ਆਇਆ ਤੇ ਅਸੀਂ ਇੱਥੋਂ ਛਾਲ ਮਾਰ ਦੇਣੀ, ਅਸੀਂ ਉਤਰਨਾ ਨੀ, ਭਿੰਦਰ ਉਥੇ ਡਰਦਾ ਜਾਵੇ ਨਾ। ਅਗਲੀ ਚੋਣ ਵਿਚ ਫਿਰ ਉਥੇ ਵੜਿਆ ਨੀ ਸੀ, ਜੋ ਹਾਲਤ ਧਰਮਿੰਦਰ ਦੀ ਉਥੇ ਹੋਈ ਸੀ ਬੀਕਾਨੇਰ ਚ, ਤੇ ਮੁੜ ਕੇ ਅਗਲੀ ਚੋਣ ਚ ਉਥੇ ਵੜਨ ਜੋਗਾ ਨੀ ਸੀ ਰਿਹਾ, ਤੇ ਭਾਰਤੀ ਜਨਤਾ ਪਾਰਟੀ ਉਹਨੂੰ ਚੋਣ ਪ੍ਰਚਾਰ ਵਾਸਤੇ ਵੀ ਨਹੀਂ ਸੀ ਲਿਆ ਸਕੀ। ਐਨ ਉਹ ਹਾਲਤ ਇਸ ਵੇਲੇ ਲੱਗਦਾ ਕਿ ਸਨੀ ਦਿਓਲ ਦੀ ਗੁਰਦਾਸਪੁਰ ਚ ਹੋ ਸਕਦੀ ਆ। ਤੇ ਨਾਲ ਇਹ ਵੀ ਹੈ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਭਾਜਪਾ ਨੇ ਚਸਕਾ ਲਾ ਦਿੱਤਾ, ਪਹਿਲਾਂ ਵਿਨੋਦ ਖੰਨਾ ਫਿਲਮ ਸਟਾਰ, ਫਿਰ ਸਨੀ ਦਿਓਲ ਫਿਲਮ ਸਟਾਰ। ਸਨੀ ਦਿਓਲ ਨੂੰ ਬੜਾ ਆਖਣ ਚ ਨੌਜਵਾਨ ਹੀਰੋ ਆ, ਇਹ ਕਿੰਨਾ ਕੁ ਨੌਜਵਾਨ ਹੈ, ਜਤਿੰਦਰ ਪੰਨੂ ਤੋਂ 3 ਸਾਲ ਛੋਟਾ ਸਿਰਫ, ਉਦਾਂ ਕੁਛ ਲੋਕ ਥੋੜਾ ਜਿਹਾ ਖਰਚਾ ਕਰਕੇ ਜਵਾਨ ਹੋ ਜਾਂਦੇ, ਇਹ ਵੀ ਹੋ ਜਾਂਦਾ। ਹੁਣ ਇਹਦੀ ਥਾਂ ਦੇ ਉੱਤੇ ਜੇ ਦੁਬਾਰਾ ਕੋਈ ਲਿਆਉਣਾ ਹੋਵੇ ਤੇ ਭਾਜਪਾ ਦਾ ਲੀਡਰ ਤੱਕ ਉੱਥੇ ਜਿੱਤਣਾ ਨੀ, ਉੱਥੇ ਤਾਂ ਫਿਰ ਉਹੀ ਗੱਲ ਹੈ ਕਿ ਕੋਈ ਨਾ ਕੋਈ ਫਿਲਮ ਸਟਾਰ ਲਿਆਉਣਾ ਪਊ। ਸਮਝ ਨੀ ਲੱਗਦੀ ਕਿ ਇਸ ਵਾਰੀ ਉਹ ਕਿਹੜਾ ਲਿਆਉਣਗੇ, ਤੇ ਜੇ ਫਿਲਮ ਸਟਾਰ ਨਾ ਲਿਆਂਦਾ ਤੇ ਗੁਰਦਾਸਪੁਰ ਦੀ ਸੀਟ ਭਾਜਪਾ ਕੋਲ ਰਹਿਣੀ ਨੀ।
ਇਹ ਲਗਭਗ ਸਾਰਿਆਂ ਨੂੰ ਪਤਾ ਜੀ। ਤੇ ਹਾਲਾਤ ਇਸ ਪਾਸੇ ਨੂੰ ਜਾ ਰਹੇ ਆ ਕਿ ਭਾਜਪਾ ਨੂੰ ਸ਼ਾਇਦ ਇੱਥੇ ਬੰਦਾ ਲੱਭਣਾ ਔਖਾ ਹੋ ਜਾਏ ਜੀ। ਪੰਜਾਬ ਦੇ ਐਡਵੋਕੇਟ ਜਨਰਲ ਦੇ ਅਸਤੀਫੇ ਦੀ ਗੱਲ ਜੀ ਚੱਲ ਰਹੀ ਹੈ ਜੀ, ਇਹ ਮਾਮਲਾ ਕੀ ਹੈ ਬੰਦ ਸਾਹਿਬ? ਪੰਜਾਬ ਦੇ ਐਡਵੋਕੇਟ ਜਨਰਲ ਦੇ ਅਸਤੀਫੇ ਦੀ ਖ਼ਬਰ ਸਵੇਰੇ ਆਈ, ਉਸ ਤੋਂ ਪਹਿਲਾਂ ਇੱਕ ਵੀਡੀਓ ਆਈ ਸੀ ਜੀ। ਉਸ ਵੀਡੀਓ ਚ ਇੱਕ ਕੁੜੀ ਨੇ ਆਖਿਆ ਕਿ ਮੇਰਾ ਬਾਪ ਭਾਰਤ ਸਰਕਾਰ ਦੇ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਸੀ ਤੇ ਉਹ ਧਾਰਮਿਕ ਪੁਰਸ਼ ਹੈ ਜੀ। ਉਹਨੇ ਕਿਹਾ ਕਿ ਮੇਰੀ ਭੈਣ ਐਡਵੋਕੇਟ ਜਨਰਲ ਦੇ ਦਫ਼ਤਰ ਚ ਕੰਮ ਕਰਦੀ ਹੈ ਜੀ, ਤੇ ਇਨ੍ਹਾਂ ਦੋਵਾਂ ਦੇ ਆਪਸ ਵਿਚ ਸਬੰਧ ਹੋ ਗਏ ਤੇ ਮੇਰੇ ਬਾਪ ਨੂੰ ਪਤਾ ਲੱਗ ਗਿਆ। ਕਹਿੰਦੀ ਜਦੋਂ ਬਾਪ ਨੂੰ ਪਤਾ ਲੱਗਾ, ਉਹਨੇ ਰਿਕਾਰਡਿੰਗ ਜਿਹੜੀਆਂ ਨੇ ਉਹ ਵੀਡੀਓ ਚ ਸੁਣਾਈਆਂ। ਕਹਿੰਦੀ ਫਿਰ ਅਸੀਂ ਇਹਨੂੰ ਪੁੱਛਿਆ ਤੇ ਇਹਨੇ ਆਖਿਆ ਕਿ ਮੇਰੀ ਮਦਦ ਕਰਨ ਵਾਲਾ ਕੌਣ ਹੈ, ਤੁਸੀਂ ਇਹ ਦੱਸੋ ਕਿ ਮੇਰੇ ਉੱਤੇ ਤੁਹਾਨੂੰ ਕੀ ਪਤਾ ਕਿੰਨਾ ਉਹ ਪੋਜੈਸਿਵ ਆ, ਕਿੰਨਾ ਪ੍ਰੈਸ਼ਰ ਪਾਉਂਦਾ, ਮੈਨੂੰ ਤੇ ਕਿਸੇ ਨਾਲ ਗੱਲ ਵੀ ਨਹੀਂ ਕਰਨ ਦਿੰਦਾ, ਔਰ ਮੈਂ ਜੇ ਕੱਲੀ ਨੇ ਟਰੈਵਲ ਕਰਨਾ ਹੋਵੇ ਸ਼ਤਾਬਦੀ ਐਕਸਪ੍ਰੈਸ ਤੇ ਵੀ ਹੋਵਾਂ ਤੇ ਉਹ ਕਹਿੰਦਾ ਸ਼ਤਾਬਦੀ ਤੇ ਨਹੀਂ ਜਾਣਾ, ਤੂੰ ਮੇਰੀ ਕਾਰ ਤੇ ਜਾਣਾ। ਇਹ ਸਾਰੀਆਂ ਗੱਲਾਂ ਉਹਨੇ ਆਖੀਆਂ, ਉਹ ਸਾਰੀਆਂ ਰਿਕਾਰਡਿਡ ਗੱਲਾਂ ਸਵੇਰੇ ਉਸ ਕੁੜੀ ਨੇ ਪੇਸ਼ ਕੀਤੀਆਂ। ਨੇ ਆਖਿਆ ਕਿ ਮੈਨੂੰ ਪਤਾ ਮੈਂ ਪਰਿਵਾਰ ਦੇ ਅੰਦਰ ਦੀਆਂ ਗੱਲਾਂ ਬਾਹਰ ਲਿਆ ਰਹੀ, ਪਰ ਸਮੱਸਿਆ ਇਹ ਹੈ ਕਿ ਜੇ ਇਹ ਸਾਰੀਆਂ ਗੱਲਾਂ ਬਾਹਰ ਨਾ ਆਈਆਂ, ਜੇ ਐਡਵੋਕੇਟ ਜਨਰਲ ਘਈ ਨੂੰ ਰੋਕਿਆ ਨਾ ਗਿਆ ਤੇ ਮੇਰੇ ਬਾਪ ਨੇ ਖੁਦਕੁਸ਼ੀ ਕਰ ਲੈਣੀ, ਮੈਂ ਤੇ ਬਾਪ ਨੂੰ ਖੁਦਕੁਸ਼ੀ ਤੋਂ ਬਚਾਉਣ ਵਾਸਤੇ ਇਹ ਸਾਰਾ ਕੁਝ ਜਨਤਾ ਸਾਹਮਣੇ ਰੱਖਿਆ। ਜਿਹੜੀ ਉਹ ਵੀਡੀਓ ਉਹਨੇ ਰਿਲੀਜ਼ ਕੀਤੀ ਆ ਉਹ ਕਾਫੀ ਵੱਡੀ ਵੀਡੀਓ ਆ, ਮੈਂ ਉਹਦੀ ਸਾਰੀ ਦੀ ਕਹਾਣੀ ਨਹੀਂ ਪਾ ਸਕਦਾ। ਇਹਦੇ ਤੋਂ ਬਾਅਦ ਮਤਲਬ ਘੰਟੇ ਦੇ ਅੰਦਰ ਅੰਦਰ ਹੀ ਖ਼ਬਰ ਆ ਗਈ ਕਿ ਐਡਵੋਕੇਟ ਜਨਰਲ ਵਿਨੋਦ ਘਈ ਨੇ ਅਸਤੀਫਾ ਦੇ ਦਿੱਤਾ ਜੀ। ਉਹਦੇ ਅਸਤੀਫਾ ਦੇਣ ਤੋਂ ਬਾਅਦ ਸਾਰੇ ਚੈਨਲਾਂ ਤੇ ਖ਼ਬਰ ਚੱਲ ਗਈ, ਅਸੀਂ ਵੀ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ, ਮਗਰੋਂ ਖ਼ਬਰ ਆਈ ਕਿ ਪੰਜਾਬ ਸਰਕਾਰ ਨੇ ਆਖਿਆ ਕਿ ਉਹਨੇ ਕੋਈ ਅਸਤੀਫਾ ਨਹੀਂ ਦਿੱਤਾ। ਇਸ ਸਪੱਸ਼ਟੀਕਰਨ ਉਹਨੇ ਨਹੀਂ ਦਿੱਤਾ, ਪੰਜਾਬ ਸਰਕਾਰ ਦਾ ਟਵੀਟ ਆਇਆ ਕਿ ਸਾਡੇ ਕੋਲ ਦਾ ਕੋਈ ਅਸਤੀਫਾ ਨਹੀਂ ਪਹੁੰਚਿਆ। ਫਿਰ ਉਹਨੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਪਤਾ ਨਹੀਂ। ਇਹਦੇ ਦਰਮਿਆਨ ਨਵੀਂ ਖ਼ਬਰ ਆ ਗਈ ਕਿ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗਵਰਨਰ ਪੰਜਾਬ ਨੂੰ ਚਿੱਠੀ ਲਿਖ ਦਿੱਤੀ ਹੈ ਜੀ। ਐਡਵੋਕੇਟ ਜਨਰਲ ਵਿਨੋਦ ਘਈ ਦਾ ਆਹ ਸਕੈਂਡਲ ਸਾਹਮਣੇ ਆਇਆ, ਜੇ ਉਹਨੇ ਅਸਤੀਫਾ ਨਹੀਂ ਵੀ ਦਿੱਤਾ ਜੀ ਅਸਤੀਫਾ ਲੈ ਲਿਆ ਜਾਣਾ ਚਾਹੀਦਾ, ਉਹ ਅਸਤੀਫਾ ਜਿਹੜਾ ਲੈ ਲਿਆ ਜਾਵੇ ਤਾਂ ਠੀਕ ਆ। ਸੁਖਨੈਬ, ਇਸੇ ਸਬੰਧ ਮੈਨੂੰ ਚੰਡੀਗੜ੍ਹ ਤੋਂ ਇਕ ਮੈਸੇਜ ਆ ਰਿਹਾ, ਮੈਂ ਦੁਬਾਰਾ ਤੁਹਾਨੂੰ ਕਾਲ ਕਰ ਦੂੰ ਜੀ। ਸੋ ਆਪਾਂ ਦੁਬਾਰਾ ਜੁੜਦੇ ਹਾਂ ਜੀ ਜਤਿੰਦਰ ਪੰਨੂ ਸਾਹਿਬ ਦੇ ਨਾਲ, ਤੇ ਨਾਲ ਨਾਲ ਮੈਂ ਦੱਸਦਾ ਕਿ ਚੰਨ ਪ੍ਰਦੇਸੀ ਰੇਡੀਓ ਦੇ ਵੱਲੋਂ ਆਪਾਂ ਫੰਡ ਰੇਜ਼ਿੰਗ ਕੀਤੀ ਹੈ ਬੀਤੇ ਦਿਨਾਂ ਦੇ ਵਿਚ, ਕਿਉਂਕਿ ਜ਼ਰੂਰਤ ਹੁੰਦੀ ਹੈ ਫੰਡ ਦੀ, ਤੁਸੀਂ ਸਾਥ ਦਿੰਦੇ ਹੋ ਔਰ ਸਾਥ ਪਹੁੰਚਿਆ, ਪਰ ਸਾਨੂੰ ਬਹੁਤ ਸਾਰੇ ਸਾਥ ਦੀ ਲੋੜ ਆ, ਇਸ ਕਰਕੇ ਤੁਸੀਂ ਜ਼ਰੂਰ ਸਹਿਯੋਗ ਕਰੋ ਜਿਹੜੇ ਇਸ ਵਕਤ ਸੁਣ ਰਹੇ ਹੋ ਜਾਂ ਜਿਹੜੇ ਸਹਿਯੋਗ ਕਰਨਾ ਚਾਹੁੰਦੇ ਸੀ ਕਿਸੇ ਕਾਰਨ ਅਰਜੇ ਮੇਰੇ ਗਏ। ਸਾਡੇ ਕੋਲ ਬਾਈ ਭੀਮ ਸੈਣ, ਹਰਦਿਆਲ ਬੋਸਟਨ, ਜਗਦੀਸ਼ ਰਾਏ ਗਰਗ ਤੇ ਜਸਵਿੰਦਰ ਸਿੰਘ ਲਖਨ, ਇੰਦਰਜੀਤ ਸਿੰਘ ਮੋਹਨ ਬਠਿੰਡਾ ਤੋਂ, ਰਿੰਕੂ ਠੱਠੀ ਭਾਈ ਮੋਗਾ, ਰਛਪਾਲ ਲੰਡਨ ਤੋਂ, ਰਾਧਪਾਲ ਲਿਖੇ ਇਨ੍ਹਾਂ ਨੇ ਸ਼ਾਇਦ ਨਾਮ ਗਲਤ ਨਾ ਹੋਵੇ, ਮਨਪ੍ਰੀਤ ਸਿੰਘ ਪਿੰਡ ਬਾਂਦਰ, ਦਵਿੰਦਰ ਸਿੰਘ ਲੁਧਿਆਣਾ ਪਿੰਡ ਹੰਬੜਾਂ, ਬਲਪ੍ਰੀਤ ਬਰਾੜ, ਦਵਿੰਦਰ ਕੌਰ, ਗੁਰਵਿੰਦਰ ਸਿੰਘ ਅਡਿਆਣਾ, ਬਲਵਿੰਦਰ ਸਿੰਘ ਰਾਜਪੁਰਾ, ਰਾਕੇਸ਼ ਪਰਥ ਆਸਟ੍ਰੇਲੀਆ ਤੋਂ, ਰਾਕੇਸ਼ ਬਾਈ ਜੀ ਤੇ ਲਓ ਜੀ ਪੰਨੂ ਸਾਹਿਬ ਆਪਣੇ ਨਾਲ ਫਿਰ ਸ਼ਾਮਲ। ਹਾਂਜੀ ਪੰਨੂ ਸਾਹਿਬ ਸਵਾਗਤ। ਹਾਂਜੀ ਸੁਖਨੈਬ, ਮੈਂ ਲਾਈਨ ਤੇ ਆ ਨਾ ਜੀ ਜੀ। ਉਹਦੇ ਸਬੰਧ ਚ ਖ਼ਬਰ ਫੇਰ ਚੰਡੀਗੜ੍ਹ ਤੋਂ ਸੀ ਕਿ ਭਰੋਸੇਯੋਗ ਸੂਤਰ ਕਹਿੰਦੇ ਆ ਕਿ ਉਹਨੇ ਅਸਤੀਫਾ ਦੇ ਦਿੱਤਾ ਜੀ। ਸਰਕਾਰ ਆਪਣੀ ਥਾਂ ਸੱਚੀ ਹੈ ਕਿ ਉਹਦਾ ਅਸਤੀਫਾ ਅਜੇ ਨਹੀਂ ਪਹੁੰਚਿਆ, ਕਿਉਂਕਿ ਅਸਤੀਫਾ ਉਹਨੇ ਦਿੱਤਾ ਹੈ ਪਰ ਅਜੇ ਤੱਕ ਰਜਿਸਟਰਾਂ ਤੇ ਐਂਟਰ ਨਹੀਂ ਕੀਤਾ ਗਿਆ ਜੀ। ਸਰਕਾਰ ਨੇ ਉਹਦੀ ਥਾਂ ਦੇ ਉੱਤੇ ਆਲਟਰਨੇਟਿਵ ਵੀ ਕੋਈ ਲੱਭ ਲਿਆ ਸੁਣੀ ਦਾ ਜੀ। ਜਿਹੜਾ ਆਲਟਰਨੇਟਿਵ ਲੱਭਿਆ ਉਹਦੇ ਸਵਾਲ ਦੇ ਉੱਤੇ ਵੀ ਇਹੋ ਰੇੜਕਾ ਪੈ ਰਿਹਾ ਕਿ ਜਿਹੜੇ ਦੋਸ਼ ਇਹਦੇ ਤੇ ਲੱਗਦੇ ਆ ਉਹ ਦੋਸ਼ ਉਹਦੇ ਉੱਤੇ ਵੀ ਲੱਗਦੇ ਆ, ਤੇ ਉਸ ਹਾਲਤ ਵਿਚ ਫਿਰ ਹਰ ਇਕ ਨੂੰ ਡਰ ਆ ਕਿਤੇ ਇਹ ਨਾ ਹੋਵੇ ਕਿ ਉਹਨੇ ਲਿਆਂਦਾ ਤੇ ਭੜਕੇ ਫਿਰ ਉਹਨੂੰ ਵੀ ਪਾਸੇ ਕਰਨਾ ਪੈ ਜੇ, ਫਿਰ ਕੀ ਕਰਾਂਗੇ। ਇਸ ਕਰਕੇ ਸਮਝਿਆ ਜਾਂਦਾ ਕਿ ਅਜੇ ਇਹ ਜਿਹੜਾ ਹੈਗਾ ਰੌਲਾ ਇਕ ਅੱਧਾ ਦਿਨ ਹੋਰ ਚੱਲ ਸਕਦਾ। ਐਡਵੋਕੇਟ ਜਨਰਲ ਮੈਨੂੰ ਲੱਗਦਾ ਇਹ ਤਾਂ ਹੁਣ ਜਾਵੇਗਾ ਹੀ ਜਾਵੇਗਾ, ਪ੍ਰਤਾਪ ਸਿੰਘ ਬਾਜਵਾ ਦੀ ਚਿੱਠੀ ਦਾ ਅਸਰ ਵੀ ਹੋਵੇਗਾ, ਚਾਰ ਚੁਫੇਰੇ ਜਿਹੜੀ ਖੇ ਉੱਡੀ ਆ ਉਹਦਾ ਅਸਰ ਵੀ ਹੋਵੇਗਾ, ਪਰ ਨਵਾਂ ਕਿਹੜਾ ਆਉਂਦਾ ਤੇ ਕਦੋਂ ਆਉਂਦਾ ਇਹਦੇ ਉੱਤੇ ਕੁਝ ਨਾ ਕੁਝ ਟਾਈਮ ਲੱਗ ਸਕਦਾ। ਪੰਜਾਬ ਸਰਕਾਰ ਇਸ ਵਾਰੀ ਲੱਗਦਾ ਕਿ ਵਾਹਵਾ ਸੰਭਲ ਕੇ
सोच के कदम पुटना चाहती है जी। सरकार की कमाई कहते काफी वाधा हो गया जी, तो वाधा किवें होया पनू साहब? एक पासे कही जांदे कि खर्चे खुर्चे बहुत ने। देखो पंजाब सरकार ने पिछले समय दे विच कारगुजारी तां विखाई आ जी, उन्होंने तरीके लभे आ। एक तरीका उन्होंने यह लभिया कि जिनी करप्शन सी ओ घटाई है जी, आख्या पैसा सीधा खजाने च आवे। दूसरा तरीका उन्होंने लभिया कि मार्च विच उन्होंने कहता कि जमीनी जायदादा वगैरा जिन्या भी ने सारिया की रजिस्ट्री फीस 2.25% घट कर दिती है जी। इसका नतीजा यह निकलिया कि लोगों ने धड़ा धड़ रजिस्ट्रियां कराईया। पिछले साल 338 करोड़ से जी, मार्च दे विच कुल कलैक्शन, ते इस वे 338 दा डबल जिहड़ा 676 बनता जी। 676 तो कोई कहिंदा 3 करोड़ घटिया, कोई कहिंदा 10 करोड़ वधिया, मतलब डबल आमदन मार्च तो मार्च तक हो जावे। वह भी मार्च सीगा ते भी मार्च है, कुल मिला के सारे साल की आमदन भी इन्हां दी बहुत वध गई। और जिन्नी वध गई उन्नू वेख्या जावे ते पंजाब सरकार पहले नालों वाहवा सौखी पोजीशन विच है। पंजाब सरकार ने एक्साइज दे विचों भी काफी चोखी कमाई कीती है। उधरों जिहड़ा हैगा पंजाब दा ट्रांसपोर्ट डिपार्टमेंट जी, उन्होंने कमाई दुगनी दे करीब कर दिती है। जिन्ने उन्होंने ट्रांसपोर्ट दफ्तर ने RTA जिन्होंने असीं कहना पहला डिस्ट्रिक्ट ट्रांसपोर्ट अफसर कहिंदे हुंदे सी, उन्हां नूं RTA यानी रीजनल ट्रांसपोर्ट अथॉरिटी कहा जांदा। ਉਹ ਜਿਹੜੇ RTA ਉਨ੍ਹਾਂ ਦਫ਼ਤਰਾਂ ਦੇ ਵਿਚ ਗੱਡੀਆਂ ਦੇ ਪਰਮਿਟ ਦੇਣ, ਪਰਮਿਟ ਰਿਨਿਊ ਕਰਨ, ਡਰਾਈਵਿੰਗ ਲਾਇਸੈਂਸ, ਬਹੁਤ ਸਾਰੇ ਕੰਮਾਂ ਦੇ ਵਿਚ ਪੈਸਾ ਬਣਦਾ ਤੇ ਪਿਛਲੇ ਸਮੇਂ ਚ ਬਣਦਾ ਨਹੀਂ ਸੀ। ਟੈਕਸ ਕਲੈਕਸ਼ਨ ਦੇ ਵਿਚ ਵੀ ਸਾਰੇ ਕੁਝ ਦੇ ਵਿਚ ਟਰਾਂਸਪੋਰਟ ਡਿਪਾਰਟਮੈਂਟ ਨੇ ਚੋਖੀ ਕਮਾਈ ਕੀਤੀ ਹੈ ਜਿਹਨਾਂ ਦੀ ਆਸ ਨਹੀਂ ਸੀ। ਨਤੀਜਾ ਇਹ ਨਿਕਲਿਆ ਕਿ ਪਿਛਲੇ ਹਫ਼ਤੇ ਜਲੰਧਰ ਦੇ ਰੋਡਵੇ ਡਿਪੂ ਚ ਕਈਆਂ ਸਾਲਾਂ ਬਾਅਦ ਉਨ੍ਹਾਂ ਦਾ ਜਿਹੜਾ ਪੈਟਰੋਲ ਪੰਪ ਹੈ ਚਾਲੂ ਹੋਇਆ। ਨਹੀਂ ਤੇ ਹੁਣ ਤੱਕ ਬਾਹਰਲੇ ਪੈਟਰੋਲ ਪੰਪਾਂ ਤੋਂ ਉਧਾਰ ਤੇਲ ਪਵਾਉਂਦੇ ਸੀ, ਕਦੇ ਸਾਲ ਬਾਅਦ ਕਦੇ 2 ਸਾਲਾਂ ਬਾਅਦ ਇਕੱਠੇ ਪੈਸੇ ਦਿੰਦੇ ਸੀ। ਜਿਹੜੇ ਪੈਟਰੋਲ ਪੰਪ ਦੇ ਜ਼ਿਆਦਾ ਹੋ ਜਾਂਦੇ ਸੀ ਉਹਨੂੰ ਛੱਡ ਕੇ ਦੂਜੇ ਤੋਂ ਪਵਾਉਣ ਲੱਗ ਪੈਂਦੇ ਸੀ। ਹੁਣ ਰੋਡਵੇਜ਼ ਦੇ ਆਪਣੇ ਡਿਪੂ ਚੱਲ ਪਿਆ। ਕੱਲ ਇਹ ਖ਼ਬਰ ਆਈ ਹੈ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਜਿਹੜੀ PRTC ਹੈ, ਉਹਨੇ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਸਿੱਧਾ ਹੀ ਸਮਝੌਤਾ ਕਰ ਲਿਆ ਕਿ ਤੁਸੀਂ ਸਾਨੂੰ ਬੱਸਾਂ ਵਾਸਤੇ ਡੀਜ਼ਲ ਡਾਇਰੈਕਟ ਦਿਓ। ਉਹਦੇ ਵਿਚ ਉਨ੍ਹਾਂ ਨੂੰ 2.25 ਰੁਪਏ ਲੀਟਰ ਦੇ ਹਿਸਾਬ ਨਾਲ ਰਿਆਇਤ ਵੀ ਮਿਲ ਗਈ ਹੈ। ਹੁਣ ਪੈਪਸੂ ਨੂੰ ਬਾਹਰੋਂ ਜਾ ਕੇ ਤੇਲ ਨਹੀਂ ਪਾਉਣਾ ਪਏਗਾ, ਇਹਦੇ ਨਾਲ ਵੀ ਕਮਾਈ ਵਧੇਗੀ। ਉਧਰੋਂ ਕੋਲਾ ਪਲਾਂਟ ਜਿਹੜੇ ਆ ਉਹ ਆਪਣਾ ਇਨ੍ਹਾਂ ਦਾ ਕੋਲੇ ਦਾ ਬਲਾਕ ਜਿਹੜਾ ਪਿਆ ਸੀਗਾ ਉਧਰ ਉੜੀਸਾ ਚ ਉਹ ਚੱਲ ਪਿਆ ਤੇ ਉਹ ਤੋਂ ਕੋਲਾ ਆਉਣ ਲੱਗ ਪਿਆ। ਕੋਲਾ ਵੀ ਸਸਤਾ ਇਨ੍ਹਾਂ ਕਰਵਾ ਲਿਆ ਜਿਹੜਾ ਪਿਛਲੇ ਨਹੀਂ ਸੀ ਕਰਵਾ ਸਕੇ। ਇਹ ਸਾਰੀਆਂ ਗੱਲਾਂ ਰੜਾ ਕੇ ਪੰਜਾਬ ਸਰਕਾਰ ਇੰਨੀ ਸੌਖੀ ਪੋਜੀਸ਼ਨ ਚ ਹੈ ਕਿ ਜਦੋਂ ਪਿਛਲੀ ਸਰਕਾਰ ਗਈ ਤੇ ਉਦੋਂ ਦੀ ਕਿਸਾਨਾਂ ਤੇ ਗਰੀਬਾਂ ਦੀ ਸਬਸਿਡੀ ਜਿਹੜੀ ਬਿਜਲੀ ਦੀ ਸੀ ਉਹਦਾ 9000 ਕਰੋੜ ਰੁਪਇਆ ਬਕਾਇਆ ਸੀ ਤੇ ਪਾਵਰ ਕਾਮ ਮੰਗਦੀ ਸੀ। ਇਨ੍ਹਾਂ ਨੇ ਆ ਕੇ ਕਿਹਾ ਕਿ ਉਹ ਸਬਸਿਡੀ ਤੇ ਅਸੀਂ ਜਾਰੀ ਰੱਖਣੀ ਆ, ਅਸੀਂ ਸਾਰੇ ਲੋਕਾਂ ਦੀ ਜਿਹੜੀ 600 ਯੂਨਿਟ ਤੱਕ 2 ਮਹੀਨਿਆਂ ਦੇ 600, 1 ਮਹੀਨੇ ਦਾ 300 ਯੂਨਿਟ ਤੱਕ ਸਾਰੀ ਬਿਜਲੀ ਫ੍ਰੀ ਕਰ ਦਿਆਂਗੇ। ਸਾਰੇ ਕਹਿੰਦੇ ਸੀ ਇਹ ਤਾਂ 20000 ਕਰੋੜ ਤੋਂ ਵੱਧ ਖਰਚਾ ਬਣ ਜਾਣਾ, ਤੁਸੀਂ ਸਾਲ ਦੇ ਇੰਨੇ ਪੈਸੇ ਦਿਓਗੇ ਕਿੱਥੋਂ? ਇਹਨਾਂ ਆਖਿਆ ਅਸੀਂ ਦੇ ਦਿਆਂਗੇ। ਸਰਕਾਰ ਦੀ ਕਮਾਈ ਇੰਨੀ ਕੁ ਹੋਈ ਆ ਕਿ 2-3 ਦਿਨ ਪਹਿਲਾਂ ਸਰਕਾਰ ਨੇ ਪਾਵਰਕਾਮ ਨੂੰ ਆਪਣੇ ਵਕਤ ਦਾ 20200 ਕਰੋੜ ਰੁਪਇਆ ਜਿਹੜਾ ਬਣਦਾ ਸੀ ਉਹ ਖੜੇ ਪੈਰ ਦੇ ਦਿੱਤਾ। ਜਿਹੜੇ ਪਿਛਲੀ ਸਰਕਾਰ 9000 ਕਰੋੜ ਦਾ ਕਰਜ਼ਾ ਛੱਡ ਗਈ ਸੀ ਉਹਦੇ ਵਿਚੋਂ ਵੀ 1804 ਕਰੋੜ ਦੇ ਦਿੱਤੇ ਆ ਤੇ ਉਸ 9000 ਕਰੋੜ ਦਾ 663 ਕਰੋੜ ਵਿਆਜ ਵੀ ਦੇ ਦਿੱਤਾ। ਪਾਵਰਕਾਮ ਦੇ CMD ਨੇ ਆਖਿਆ, ਉਹ ਕਹਿੰਦਾ ਜੀ 12 ਸਾਲਾਂ ਬਾਅਦ ਪਹਿਲੀ ਵਾਰ ਸਾਨੂੰ ਕਿਸੇ ਸਰਕਾਰ ਨੇ ਆਪਣਾ ਪੂਰਾ ਬਕਾਇਆ ਦਿੱਤਾ ਤੇ ਪਿਛਲੀ ਸਰਕਾਰ ਦੇ ਕੁਝ ਬਕਾਇਆ ਵੀ ਮਿਲ ਗਏ ਆ, ਹੁਣ ਅਸੀਂ ਪਾਵਰਕਾਮ ਨੂੰ ਸੌਖਾ ਚਲਾਉਣ ਦੀ ਪੋਜੀਸ਼ਨ ਚ ਆ ਗਏ ਆ, ਸਾਨੂੰ ਕੋਈ ਸਮੱਸਿਆ ਨਹੀਂ ਰਹਿ ਗਈ। ਇਸ ਤੋਂ ਸਾਫ਼ ਦਿਸਦਾ ਕਿ ਸਰਕਾਰ ਕੋਲ ਕਮਾਈ ਤਾਂ ਵੱਧ ਰਹੀ ਹੈ। ਮੁੱਖ ਮੰਤਰੀ ਕਹਿੰਦਾ ਜੀ ਨੀਤ ਸਾਫ਼ ਹੋਵੇ ਘਰ ਨੂੰ ਨਾ ਲਈਏ, ਸਰਕਾਰੀ ਖਜ਼ਾਨੇ ਚ ਆਵੇ ਤੇ ਖਜ਼ਾਨਾ ਵਧੀ ਜਾਂਦਾ। ਤੇ ਕਣਕ ਦੀ ਸਿੱਧੀ ਖਰੀਦ ਹੁਣ ਬਾਹਰਲੇ ਸੂਬਿਆਂ ਨੂੰ ਹੀ ਜਾਣੀ ਹੈ ਜੀ, ਪੰਜਾਬ ਦੇ ਗੋਦਾਮ ਖਾਲੀ ਰਹਿਣਗੇ ਫਿਰ ਜੀ? ਪੰਜਾਬ ਦੇ ਗੋਦਾਮ ਖਾਲੀ ਰਹਿਣਗੇ, ਚੰਗੀ ਗੱਲ ਹੈ। ਗੋਦਾਮਾਂ ਚ ਪਿਆ ਅਨਾਜ ਇੱਥੇ ਸੜਦਾ ਰਹੇ ਉਹਦਾ ਫਾਇਦਾ ਵੀ ਕੀ ਆ ਜੀ? ਹੁੰਦਾ ਇਹ ਸੀ ਕਿ ਅੱਗੇ ਗੋਦਾਮਾਂ ਵਿਚ ਪਿਆ ਅਨਾਜ ਸੜਦਾ ਸੀ, ਓਪਨ ਪਲੰਥ ਵੀ ਲੱਗੇ ਹੁੰਦੇ ਸੀ ਥੜੇ ਬਣੇ,
ਜਿਨ੍ਹਾਂ ਤੇ ਅਨਾਜ ਲੱਗਦਾ ਸੀ ਕਦੇ ਟੱਕਿਆ ਜਾਂਦਾ ਸੀ ਕਦੇ ਅਣਟੱਕਿਆ ਰਹਿੰਦਾ ਸੀ ਬਾਰਿਸ਼ਾਂ ਵਿਚ ਵੀ ਖਰਾਬ ਹੁੰਦਾ ਸੀ। ਇਸ ਵਾਰੀ ਇਹ ਪਹਿਲੀ ਵਾਰ ਹੋਇਆ ਕਿ ਸਾਰੇ ਦਾ ਸਾਰਾ ਅਨਾਜ ਪਹਿਲਾਂ ਹੀ ਗੱਡੀਆਂ ਤੇ ਲੱਦ ਕੇ ਤੇ ਦੂਸਰੇ ਰਾਜਾਂ ਨੂੰ ਚਲਾ ਗਿਆ ਤੇ ਗੋਦਾਮ ਲਗਭਗ ਸਾਰੇ ਖਾਲੀ ਹੈ ਉਥੇ ਨਹੀਂ ਰੱਖ। ਅੱਗੋਂ ਕੇਂਦਰ ਸਰਕਾਰ ਨੇ ਆਪਣੀ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ FCI ਹੈ ਉਹਦੇ ਰਾਹੀਂ ਇਹ ਸੁਨੇਹਾ ਭੇਜਤਾ ਆਪਣੇ ਇਥੋਂ ਵਾਲੇ ਅਫਸਰਾਂ ਨੂੰ ਕਿ ਜਿੰਨੀ ਖਰੀਦ ਪੰਜਾਬ ਚੋਂ ਹੁੰਦੀ ਹੈ ਕਣਕ ਦੀ ਉਹ ਹੁਣ ਗੋਦਾਮਾਂ ਚ ਨਾ ਲਾਇਓ, ਜਿੰਨੀ ਆ ਜਿੱਦਾਂ ਦੀ ਆ ਸਾਰੀ ਦੀ ਸਾਰੀ ਨਾਲ ਦੀ ਨਾਲ ਗੱਡੀਆਂ ਤੇ ਲੋਡ ਕਰਾ ਕੇ ਭੇਜੀ ਜਾਓ। ਉਹਦਾ ਕਾਰਨ ਇਹ ਹੈ ਕਿ ਅਗਲੇ ਸਾਲ ਪਾਰਲੀਮੈਂਟ ਚੋਣ ਆ ਤੇ ਭਾਰਤ ਸਰਕਾਰ ਗਰੀਬਾਂ ਨੂੰ ਮੁਫ਼ਤ ਅਨਾਜ ਵੰਡਣ ਦੀ ਇਕ ਸਕੀਮ ਚਲਾ ਰਹੀ ਹੈ। ਉਸ ਮੁਫ਼ਤ ਅਨਾਜ ਵੰਡਣ ਵਾਲੀ ਸਕੀਮ ਦੇ ਵਿਚ ਸਾਰਿਆਂ ਸੂਬਿਆਂ ਚ ਕਣਕ ਵੀ ਚਾਹੀਦੀ ਆ ਤੇ ਚੌਲ ਵੀ ਚਾਹੀਦੇ ਆ। ਉਹ ਜਿਹੜੇ ਕਣਕ ਤੇ ਚੌਲ ਨੇ ਕਿਉਂਕਿ ਪਿਛਲੇ ਸਮੇਂ ਚ ਇਨ੍ਹਾਂ ਨੇ ਮੁਫ਼ਤ ਬਹੁਤ ਵੰਡੇ ਆ, ਉਸ ਮੁਫ਼ਤ ਵੰਡਣ ਦੇ ਚੱਕਰ ਵਿਚ ਇਹ ਸਾਰੇ ਜਿਸ ਤਰ੍ਹਾਂ ਲਗਾਤਾਰ ਵੰਡੇ ਗਏ ਉਹਦੇ ਨਾਲ ਪੰਜਾਬ ਦੇ ਗੋਦਾਮ ਵੀ ਖਾਲੀ ਹੋ ਗਏ ਤੇ ਹਰਿਆਣੇ ਦੇ ਵੀ ਖਾਲੀ ਹੋ ਗਏ। ਅੱਗੋਂ ਭਾਰਤ ਸਰਕਾਰ ਨੇ ਕਹਿਤਾ ਕਿ ਜਿਹੜਾ ਪੰਜਾਬ ਐਪ ਤੇ ਗੋਦਾਮਾਂ ਚ ਨਾ ਲਾਵੇ, ਕੈਸ਼ ਕਰੈਡਿਟ ਲਿਮਿਟ ਵੇਲੇ ਸਿਰ ਦੇ ਦਿੱਤੀ ਸੀ ਪੰਜਾਬ ਸਰਕਾਰ ਨੂੰ ਕਿ ਤੁਹਾਨੂੰ ਪੈਸੇ ਦੀ ਕਮੀ ਅਸੀਂ ਆਉਣ ਨਹੀਂ ਦਿੰਦੇ, ਅਨਾਜ ਤੁਸੀਂ ਖਰੀਦੋ ਤੇ ਨਾਲ ਦਾ ਨਾਲ ਭੇਜੀ ਚਲੋ। ਉਹਦਾ ਸਾਨੂੰ ਫਾਇਦਾ ਹੋਵੇਗਾ ਕਿ ਇਕ ਤਾਂ ਸਾਡਾ ਕਿਸਾਨ ਅਗਲੀ ਫਸਲ ਵਾਸਤੇ ਤਿਆਰੀ ਕਰ ਸਕੇਗਾ, ਦੂਸਰਾ ਪੰਜਾਬ ਸਰਕਾਰ ਕਹਿ ਸਕੇਗੀ ਕਿ ਸਾਡੇ ਕੋਲ ਹੁਣ ਅਨਾਜ ਦੇ ਪੈਸੇ ਵੀ ਆ ਗਏ ਆ ਤੇ ਸਾਨੂੰ ਇਹੋ ਜਿਹੀ ਸਮੱਸਿਆ ਕੋਈ ਨਹੀਂ। ਜਿਹੜੀ ਤੀਸਰੀ ਗੱਲ ਨੋਟ ਕਰਨ ਵਾਲੀ ਆ ਉਹ ਇਕ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਕ ਵਾਰੀ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀ ਕਿ ਗੋਦਾਮਾਂ ਵਿਚ ਪਈ ਕਣਕ ਖਰਾਬ ਹੁੰਦੀ ਆ, ਰੇਲਵੇ ਸਟੇਸ਼ਨਾਂ ਤੇ ਪਈ ਖਰਾਬ ਹੁੰਦੀ ਆ, ਤੁਸੀਂ ਇਹਦਾ ਬੇੜਾ ਕਿਉਂ ਗਰਕ ਕਰਦੇ ਪਏ? ਇਸ ਕਣਕ ਨੂੰ ਗਰੀਬਾਂ ਵਾਸਤੇ ਮੁਫ਼ਤ ਵੰਡ ਦਿਓ। ਉਦੋਂ ਖ਼ਬਰ ਆਈ ਸੀ ਕਿ ਰਾਜਸਥਾਨ, ਉੜੀਸਾ, ਝਾਰਖੰਡ, ਛੱਤੀਸਗੜ੍ਹ ਦੇ ਕਈ ਇਲਾਕਿਆਂ ਚ, ਮੱਧ ਪ੍ਰਦੇਸ਼ ਵਿਚ ਵੀ ਗਰੀਬ ਲੋਕ ਜਿਹੜੇ ਕਬਾਇਲੀ ਜੰਗਲਾਂ ਚ ਰਹਿਣ ਵਾਲੇ ਉਨ੍ਹਾਂ ਨੂੰ ਅਨਾਜ ਨਹੀਂ ਮਿਲਦਾ, ਘਾਹ ਦੀਆਂ ਰੋਟੀਆਂ ਪੀਸ ਕੇ ਤੇ ਉਹ ਖਾ ਕੇ ਗੁਜ਼ਾਰਾ ਕਰ ਰਿਹਾ ਤੇ ਉਹਦੇ ਨਾਲ ਬਿਮਾਰੀ ਪੈ ਕੇ ਮਰ ਰਿਹਾ। ਉਦੋਂ ਕੇਂਦਰ ਵਿਚ ਖੇਤੀ ਤੇ ਖੁਰਾਕ ਦੋਵਾਂ ਮਹਿਕਮਿਆਂ ਦਾ ਮੰਤਰੀ ਹੁੰਦਾ ਸੀ ਸ਼ਰਦ ਪਵਾਰ, ਇਹ ਕੱਲਾ ਹੀ ਅੜ ਗਿਆ ਸੀ ਕਿ ਮੁਫ਼ਤ ਨਹੀਂ ਵੰਡਣ ਦੇ, ਸਸਤੀ ਵੀ ਨਹੀਂ ਦੇਣ ਦੇਣੀ, ਕਿਉਂਕਿ ਮਾਰਕੀਟ ਦੇ ਵਿਚ ਜਿਹੜਾ ਅਨਾਜ ਦਾ ਟ੍ਰੇਡ ਹੈ ਉਹ ਸਾਰਾ ਡਾਊਨ ਚੱਲ ਜਾਏਗਾ। ਹੁਣ ਜਿਨ੍ਹਾਂ ਦੇ ਦਬਾਅ ਥੱਲੇ ਸ਼ਰਦ ਪਵਾਰ ਇਹ ਗੱਲਾਂ ਕਹਿੰਦਾ ਸੀ, ਉਹ ਟ੍ਰੇਡਰਸ ਮਹਿਕਮਾ ਤੇ ਸਭ ਤੋਂ ਵੱਧ ਭਾਜਪਾ ਨਾਲ ਆ ਤੇ ਭਾਜਪਾ ਦੀ ਸਰਕਾਰ ਨੇ ਆਖਿਆ ਸੀ ਮੁਫ਼ਤ ਵੰਡਣਾ ਤੇ ਕਿਸੇ ਟ੍ਰੇਡਰ ਨੇ ਕੋਈ ਇਤਰਾਜ਼ ਨਹੀਂ ਕੀਤਾ। ਜਿਹਦਾ ਮਤਲਬ ਟ੍ਰੇਡਰਸ ਤੋਂ ਪਰਦੇ ਪਿੱਛੇ ਕੋਈ ਲੈਣ ਦੇਣ ਹੁੰਦਾ ਸੀ, ਜਿਹਦਾ ਕਰਕੇ ਸ਼ਰਦ ਪਵਾਰ ਉਨ੍ਹਾਂ ਦੇ ਪੱਖ ਤੇ ਬੋਲਦਾ ਸੀ ਕਿ ਉਹ ਕੰਮ ਰੁਕਿਆ ਰਿਹਾ। ਹੁਣ ਨਰਿੰਦਰ ਮੋਦੀ ਸਰਕਾਰ ਨੇ ਕਹਿਤਾ ਕਿ ਗਰੀਬਾਂ ਨੂੰ ਮੁਫ਼ਤ ਅਨਾਜ ਦੇਣਾ ਤੇ ਉਸ ਮੁਫ਼ਤ ਅਨਾਜ ਦੀ ਸਕੀਮ ਦੇ ਵਿਚ ਜਦੋਂ ਲੈਣ ਲੱਗੇ ਆ, ਸਾਡੇ ਪੰਜਾਬ ਦਾ ਤੇ ਇਸ ਗੱਲ ਚ ਭਲਾ ਕਿ ਸਾਡੇ ਗੋਦਾਮਾਂ ਦੇ ਵਿਚ ਕਿਸੇ ਕਿਸੇ ਕੋਲ ਅਨਾਜ ਰਹਿ ਨਾ ਜਾਵੇ, ਨਾਲ ਦਾ ਨਾਲ ਜਿੰਨਾ ਅਨਾਜ ਆਉਂਦਾ ਉਹ ਬਾਹਰ ਤੁਰਦਾ ਜਾਵੇ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਸੇ ਦੇ ਬਹਾਨੇ ਨਰਿੰਦਰ ਮੋਦੀ ਸਰਕਾਰ ਅਗਲੀਆਂ 2024 ਦੀਆਂ ਜਿਹੜੀਆਂ ਪਾਰਲੀਮੈਂਟ ਚੋਣਾਂ ਉਨ੍ਹਾਂ ਵਾਸਤੇ ਵੀ ਆਪਣੀ ਪੂਰੀ ਤਿਆਰੀ ਕਰੀ ਜਾ ਰਹੀ, ਅਨਾਜ ਪੰਜਾਬ ਦਾ ਜਾਵੇ ਜਾਂ ਹਰਿਆਣੇ ਦਾ ਜਾਵੇ, ਸਾਡੇ ਕੋਲ ਕਿਹੜਾ ਮੁਫ਼ਤ ਜਾਣਾ, ਪੈਸੇ ਦੇ ਕੇ ਉਨ੍ਹਾਂ ਨੇ ਲੈਣਾ। ਪਰ ਇਹਦੇ ਨਾਲ ਇਹ ਸਾਰਾ ਕੇਂਦਰੀ ਖਜ਼ਾਨੇ ਚੋਂ ਪੈਸਾ ਲਾ ਕੇ ਇਹ ਅਨਾਜ ਸਾਰਾ ਭਾਰਤ ਵਿਚ ਭੇਜ ਕੇ 2024 ਦੀਆਂ ਚੋਣਾਂ ਵਾਸਤੇ ਭਾਰਤੀ ਜਨਤਾ ਪਾਰਟੀ ਤੇ ਉਹਦੀ ਕੇਂਦਰੀ ਸਰਕਾਰ ਆਪਣੀ ਪੂਰੀ ਤਿਆਰੀ ਕਰ ਚੁੱਕੀ ਹੈ, ਬਾਕੀ ਪਾਰਟੀਆਂ ਪਛੜੀਆਂ। ਪੰਜਾਬ ਭਾਰਤ ਸਰਕਾਰ ਕਹਿੰਦੀ ਹੁਣ ਗਰੀਬ ਕੈਦੀਆਂ ਦਾ ਜੁਰਮਾਨਾ ਤੇ ਜ਼ਮਾਨਤੀ ਰਕਮ ਵੀ ਕੇਂਦਰ ਹੀ ਭਰੂਗਾ, ਇਹਦੀ ਲੋੜ ਕੀ ਪੈ ਗਈ? ਦੇਖੋ ਪਿਛਲੇ ਸਮੇਂ ਚ ਕਈ ਵਾਰੀ ਇਹ ਰਿਪੋਰਟਾਂ ਆਈਆਂ ਤੇ ਭਾਰਤ ਸਰਕਾਰ ਦੀਆਂ ਅੱਡ ਅੱਡ ਅਦਾਲਤਾਂ ਵਿਚ ਪੇਸ਼ ਹੋਈਆਂ ਨੇ, ਇਥੋਂ ਤੱਕ ਕਿ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਹੈ ਉਹਦੇ ਵਿਚ ਵੀ ਇਹ ਰਿਪੋਰਟਾਂ ਪੇਸ਼ ਹੁੰਦੀਆਂ ਰਹੀਆਂ ਕਿ ਕਈ ਗਰੀਬ ਲੋਕ ਵਿਚਾਰੇ ਇਸ ਕਰਕੇ ਮਾਰੇ ਜਾਂਦੇ ਆ ਕਿ ਉਨ੍ਹਾਂ ਕੋਲ ਜੁਰਮਾਨਾ ਭਰਨ ਲਈ ਪੈਸੇ ਨਹੀਂ ਤੇ ਜਾਂ ਫਿਰ ਜ਼ਮਾਨਤ ਨਹੀਂ ਦੇ ਸਕਦੇ। ਹੁਣ ਜਿਹੜੇ ਬੰਦੇ ਦੀ ਜੇ ਉਹਨੂੰ ਅਦਾਲਤ ਵਿਚ ਸੁਣਵਾਈ ਤੋਂ ਬਾਅਦ ਸਜ਼ਾ ਹੋ ਜਾਏ ਤੇ ਸਜ਼ਾ ਹੀ 3 ਮਹੀਨਿਆਂ ਦੀ ਹੋਵੇ, 3 ਸਾਲ ਉਹਦੇ ਕੇਸ ਦੀ ਸੁਣਵਾਈ ਨਾ ਹੋਵੇ, 3 ਮਹੀਨਿਆਂ ਦੀ ਸਜ਼ਾ ਹੋਣੀ ਹੈ, 3 ਸਾਲ ਬਗੈਰ ਜ਼ਮਾਨਤ ਤੋਂ ਜੇਲ੍ਹ ਵਿਚ ਬੈਠਾ ਰਹੇ ਇਸ ਕਰਕੇ ਕਿ ਉਹਦੇ ਕੋਲ ਜ਼ਮਾਨਤ ਹੀ ਕੋਈ ਨਹੀਂ, ਉਹਦੇ ਘਰ ਦੇ ਜ਼ਮਾਨਤ ਨਹੀਂ ਦੇ ਸਕਦੇ, ਉਹਦੇ ਰਿਸ਼ਤੇਦਾਰ ਕੋਈ ਜ਼ਮਾਨਤ ਦੇਣ ਜੋਗਾ ਨਹੀਂ ਤੇ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਕਿ ਉਹ ਬਾਹਰ ਜਾ ਸਕੇ। ਹੁਣ ਭਾਰਤ ਸਰਕਾਰ ਨੇ ਇਕ ਫਾਰਮੂਲਾ ਇਹ ਕੱਢਿਆ ਕਿ ਭਾਰਤ ਦੀਆਂ ਜੇਲ੍ਹਾਂ ਚ ਬਹੁਤ ਜ਼ਿਆਦਾ ਰਸ਼ ਹੋ ਗਿਆ, ਉਸ ਰਸ਼ ਦੇ 2 ਕਾਰਨ
ਇੱਕ ਕਾਰਨ ਇਹ ਹੈ ਕਿ ਬਹੁਤ ਸਾਰੇ ਕੈਦੀ ਉਹ ਨੇ ਜਿਨ੍ਹਾਂ ਦੀਆਂ ਜ਼ਮਾਨਤਾਂ ਹੋ ਸਕਦੀਆਂ, ਸੌਖੀਆਂ ਜ਼ਮਾਨਤਾਂ ਹੋ ਸਕਦੀਆਂ ਨੇ, ਪਰ ਉਹਨਾਂ ਦੀਆਂ ਜ਼ਮਾਨਤਾਂ ਵਾਸਤੇ ਜ਼ਮਾਨਤ ਦੇਣ ਵਾਲਾ ਕੋਈ ਨਹੀਂ ਕਿ ਉਹ ਜੇਲ੍ਹ ਵਿਚ ਬੈਠੇ ਰਹਿੰਦੇ ਆ ਦੋ ਦੋ ਤਿੰਨ ਤਿੰਨ ਸਾਲ, ਕਈ ਵਾਰੀ ਚਾਰ ਚਾਰ ਸਾਲ ਵੀ ਇਹੋ ਜਿਹੇ ਵੀ ਆ ਜਿਹੜੇ ਸੁਣਵਾਈ ਦਾ ਕਰਕੇ ਦਸ ਦਸ ਸਾਲ ਬੈਠੇ ਰਹੇ, ਦਸਾਂ ਸਾਲਾਂ ਬਾਅਦ ਸੁਣਵਾਈ ਹੋਈ ਤੇ ਅਦਾਲਤ ਨੇ ਆਖਿਆ ਜੀ ਬੰਦਾ ਤੇ ਬੇਗਨਾਹ ਸੀ, ਉਦਾਂ ਸੱਟਾਂ ਨੂੰ ਛੱਡਿਆ, ਏਦਾਂ ਦੀਆਂ ਘਟਨਾਵਾਂ ਵੀ ਨੇ। ਹੁਣ ਕੇਂਦਰ ਸਰਕਾਰ ਨੇ ਆਖਿਆ ਕਿ ਇਹੋ ਜਿਹੇ ਜਿੰਨੇ ਕੈਦੀ ਆ ਉਹਨਾਂ ਦੀ ਜ਼ਮਾਨਤ ਦਾ ਪ੍ਰਬੰਧ ਅਸੀਂ ਕਰਾਂਗੇ। ਦੂਜੀ ਗੱਲ ਇਹ ਕਿ ਤੁਸੀਂ ਕਿਸੇ ਵੀ ਕੇਸ ਦਾ ਫੈਸਲਾ ਪੜੋ ਤੇ ਆਉਂਦਾ ਹੁੰਦਾ ਜੀ ਫਲਾਨੇ ਕੈਦੀ ਨੂੰ ਇੰਨੇ ਸਾਲ ਦੀ ਕੈਦ ਦੀ ਸਜ਼ਾ ਹੋਈ, ਨਾਲ ਇੰਨੇ ਸਾਲ ਦਾ, ਇੰਨੇ ਹਜ਼ਾਰ ਦਾ ਜਾਂ ਇੰਨੇ ਲੱਖ ਦਾ ਜੁਰਮਾਨਾ ਕੀਤਾ ਗਿਆ, ਤੇ ਜੇ ਉਹ ਜੁਰਮਾਨੇ ਦੇ ਪੈਸੇ ਨਾ ਦੇਵੇਗਾ ਤੇ ਉਹਨੂੰ ਇੰਨਾ ਸਮਾਂ ਹੋਰ ਕੈਦ ਭੁਗਤਣੀ ਪਵੇਗੀ। ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਤੇ ਉਹਦੇ ਜਿਹੜਾ ਕੈਦ ਦਾ ਜੁਰਮਾਨਾ ਹੁੰਦਾ, ਵੱਡੇ ਲੋਕਾਂ ਨੂੰ ਤੇ ਪਰਵਾਹ ਨੀ, ਜੇ ਦਸ ਹਜ਼ਾਰ ਵੀਹ ਹਜ਼ਾਰ ਲੱਖ ਰੁਪਇਆ ਵੀ ਹੋਵੇ ਤੇ ਚੁਟਕੀ ਚ ਦੇਖ ਕੇ ਉਹ ਬਾਹਰ ਆ ਜਾਂਦੇ ਆ, ਜਿਹੜਾ ਗਰੀਬ ਬੰਦਾ ਦਸ ਹਜ਼ਾਰ ਵੀ ਨੀ ਦੇਣ ਜੋਗਾ ਉਹਨੂੰ ਜਦੋਂ ਇਹ ਆਖਿਆ ਜਾਵੇ ਜਾਂ ਤੂੰ ਦਸ ਹਜ਼ਾਰ ਰੁਪਇਆ ਦੇ ਨਹੀਂ ਤੇ ਤੈਨੂੰ ਤਿੰਨ ਮਹੀਨੇ ਕੈਦ ਹੋਰ ਭੁਗਤਣੀ ਪਏਗੀ। ਇਹੋ ਜੇ ਭਾਰਤ ਵਿਚ ਹਜ਼ਾਰਾਂ ਲੋਕ ਨੇ ਜਿਹੜੇ ਸਿਰਫ ਇਸ ਕਰਕੇ ਜੇਲ੍ਹਾਂ ਚ ਤੜੇ ਰਹਿੰਦੇ ਆ ਕਿ ਉਹ ਦਸ ਵੀਹ ਤੀਹ ਹਜ਼ਾਰ ਰੁਪਇਆ ਜੁਰਮਾਨਾ ਭਰਨ ਜੋਗੇ ਨੀ, ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਇਹੋ ਜਿਹੇ ਲੋਕਾਂ ਨੂੰ ਅਦਾਲਤੀ ਕਾਰਵਾਈ ਤੋਂ ਛੋਟ ਨਾ ਮਿਲ ਸਕਦੀ ਹੈ ਤੇ ਨਾ ਅਸੀਂ ਦਬਾਉਣੀ ਆ। ਉਨ੍ਹਾਂ ਦਾ ਜਿਹੜੀ ਜੇਲ੍ਹ ਦਾ ਸਮਾਂ, ਉਹ ਜਿਹੜੀ ਸਜ਼ਾ, ਉਹ ਤਾਂ ਉਹ ਆਪਣੇ ਭੁਗਤਣਗੇ, ਪਰ ਜਿਹੜਾ ਉਨ੍ਹਾਂ ਨੂੰ ਜੁਰਮਾਨਾ ਲੱਗਾ ਹੋਵੇਗਾ ਉਸ ਜੁਰਮਾਨੇ ਦੀ ਖਾਤਰ ਉਨ੍ਹਾਂ ਜੇਲ੍ਹ ਚ ਨਹੀਂ ਰੱਖਿਆ ਜਾਊਗਾ, ਉਨ੍ਹਾਂ ਦਾ ਜੁਰਮਾਨਾ ਉਨ੍ਹਾਂ ਦੀ ਥਾਂ ਤੇ ਭਾਰਤ ਸਰਕਾਰ ਭਰਿਆ ਕਰੇਗੀ, ਤਾਂ ਕਿ ਜੇਲ੍ਹਾਂ ਚ ਭੀੜ ਘਟਾਈ ਜਾ ਸਕੇ ਤੇ ਗਰੀਬਾਂ ਦੀ ਮਦਦ ਵੀ ਹੋ ਸਕੇ। ਰਾਜਸਥਾਨ ਦੇ ਵਿਚ ਕਾਂਗਰਸ ਚੋਂ ਭੀੜ ਬੜੀ ਘੱਟ ਰਹੀ ਹੈ ਜੀ, ਉੱਥੇ ਰੌਲਾ ਰੱਪਾ ਕਿਵੇਂ ਵਧਿਆ ਪਿਆ? ਅੱਗੋਂ ਰਾਜਸਥਾਨ ਦੇ ਵਿਚ ਦਸੰਬਰ ਚ ਚੋਣਾਂ ਹੋ ਗਈਆਂ ਨੇ ਜੀ, ਉੱਥੇ ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਹੈ ਪਿਛਲੀ ਵਾਰੀ ਭਾਜਪਾ ਨੂੰ ਹਰਾ ਕੇ, ਉਦੋਂ ਤੋਂ ਹੀ ਇਸ ਗੱਲ ਦਾ ਰੌਲਾ ਪਰ ਕਾਫੀ ਵੱਡਾ ਰੌਲਾ ਪੈਂਦਾ ਪਿਆ। ਉੱਥੇ ਉਦੋਂ ਮੁੱਖ ਮੰਤਰੀ ਬਣਾਉਣ ਵਾਸਤੇ ਵੀ ਝਗੜਾ ਸੀ ਕਿ ਬੁੱਢਾ ਅਸ਼ੋਕ ਗਹਿਲੋਤ ਜਿਹੜਾ ਉਹਨੂੰ ਬਣਾਇਆ ਜਾਵੇ ਜਾਂ ਨੌਜਵਾਨ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਸਚਿਨ ਪਾਇਲਟ ਰਾਹੁਲ ਦੇ ਨੇੜੇ ਗਿਣਿਆ ਜਾਂਦਾ ਸੀ, ਜਿਹੜਾ ਅਸ਼ੋਕ ਗਹਿਲੋਤ ਹੈ ਉਹ ਸਾਰੇ ਪੁਰਾਣੇ ਵੱਡੇ ਲੀਡਰਾਂ ਦੀ ਪਸੰਦ ਸੀ, ਉਹ ਸਮਝਦੇ ਸੀ ਸਚਿਨ ਸੜੱਪੇ ਮਾਰਦਾ ਨੁਕਸਾਨ ਕਰੇਗਾ, ਉਹਨੂੰ ਡਿਪਟੀ ਮੁੱਖ ਮੰਤਰੀ ਬਣਾਤਾ ਅਸ਼ੋਕ ਗਹਿਲੋਤ ਦੇ ਨਾਲ, ਨਾਲ ਹੀ ਉਹਨੂੰ ਕਾਂਗਰਸ ਦਾ ਪ੍ਰਧਾਨ ਵੀ ਰਾਜਸਥਾਨ ਦਾ ਬਣਾਤਾ, ਦੋ ਅਹੁਦੇ ਦੇ ਕੇ ਉਹਦਾ ਸੀਨਾ ਠੰਡਾ ਕਰਤਾ, ਪਰ ਉਹ ਅੰਦਰੇ ਅੰਦਰ ਤਿਆਰੀ ਕਰਦਾ ਰਿਹਾ ਕਿ ਮੈਂ ਮੁੱਖ ਮੰਤਰੀ ਦੀ ਕੁਰਸੀ ਉਲਟਾਉਣੀ। ਇਕ ਵਾਰੀ ਉਹ ਆਪਣੇ ਨਾਲ 23 ਬੰਦੇ ਲੈ ਕੇ ਰਾਜਸਥਾਨ ਚੋਂ ਹਰਿਆਣੇ ਚ ਵੀ ਆ ਕੇ ਬੈਠ ਗਿਆ, ਇੱਥੇ ਭਾਜਪਾ ਦੀ ਸਰਕਾਰ ਉਹਦੀ ਮਦਦ ਕਰਦੀ ਸੀ, ਇੱਥੇ ਆ ਕੇ ਇਸ ਕਰਕੇ ਬੈਠ ਗਿਆ ਕਿ ਸਰਕਾਰ ਪਲਟਦਿਆਂ, ਪਰ ਉਹਦੇ ਕੋਲ 23 ਸੀਗੇ, ਉਹਨੂੰ ਬੰਦੇ ਚਾਹੀਦੇ ਸੀ ਘੱਟੋ ਘੱਟ 40-50 ਜੇ, ਭਾਜਪਾ ਵੀ ਤਾਂ ਮਦਦ ਕਰ ਸਕਦੀ ਸੀ। ਉਧਰੋਂ ਜਿਹੜੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਲੀਡਰ ਸੀਗੇ ਵਸੁੰਧਰਾ ਰਾਜੇ, ਉਹਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਕਹਿ ਪਾ ਕੇ ਚਿੰਤਾ ਨਾ ਕਰ, ਇਹ ਚਰਚਾ ਹੀ ਆ ਪਤਾ ਨੀ ਕਿਹਾ ਕਿ ਨਹੀਂ, ਚਰਚਾ ਸੀ ਕਿ ਉਹਨੇ ਕਿਹਾ ਕਿ ਚਿੰਤਾ ਨਾ ਕਰ, ਜੇ ਸਚਿਨ ਪਾਇਲਟ ਇਧਰ ਭਾਜਪਾ ਵੱਲ ਆਇਆ ਤੇ ਤੇਰੀ ਮਦਦ ਮੈਂ ਕਰ ਦੂ। ਹੁਣ ਉਸ ਚਰਚਾ ਦੇ ਦਬਾਅ ਥੱਲੇ ਸਚਿਨ ਪਾਇਲਟ ਆਪਣੇ ਨਾਲ ਦੇ 23 ਬੰਦੇ ਲੈ ਕੇ ਫਿਰ ਵਾਪਸ ਆ ਗਿਆ ਸੀ, ਜਦੋਂ ਵਾਪਸ ਆ ਗਿਆ ਤੇ ਸਮਝਿਆ ਜਾਂਦਾ ਸੀ ਹੁਣ ਦੋਵੇਂ ਮਿਲ ਕੇ ਦਸੰਬਰ ਚ ਚੋਣਾਂ ਹੋਣਗੀਆਂ ਉਦੋਂ ਤੱਕ ਠੀਕ ਠਾਕ ਚੱਲਣਗੇ। ਪਿਛਲੇ ਸਮੇਂ ਚ ਉਹ ਅੰਦਰੇ ਅੰਦਰ ਕੁੱਟਦਾ ਰਿਹਾ, ਕਦੇ ਇਕਦਾਂ ਰੋਸ ਤੇ ਕੋਈ ਚਿੱਠੀ ਚਿੱਠੀ ਵੀ ਲਿਖ ਦਿੰਦਾ ਸੀ। ਆ ਦੋ ਦਿਨ ਪਹਿਲਾਂ ਉਹਨੇ ਅਚਾਨਕ ਐਲਾਨ ਕਰਤਾ ਕਿ ਮੈਂ ਤਾਂ ਆਪਣੇ ਮੁੱਖ ਮੰਤਰੀ ਦੇ ਖਿਲਾਫ਼ ਧਰਨੇ ਤੇ ਬਹੂੰਗਾ। ਧਰਨੇ ਤੇ ਬਹਿਣ ਦਾ ਕਾਰਨ ਕੀ ਹੈ? ਕਹਿੰਦਾ ਜੀ ਜਦੋਂ ਅਸੀਂ ਪਿਛਲੀ ਵਾਰ ਚੋਣ ਜਿੱਤੀ ਹੈ ਇਹਨੇ ਆਖਿਆ ਸੀ ਕਿ 55,000 ਕਰੋੜ ਦਾ ਘਪਲਾ ਕਰਕੇ ਗਈ ਹੈ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਤੇ ਮੈਂ ਉਹਦੀ ਜਾਂਚ ਕਰਾਉਂਗਾ ਤੇ ਉਹਨੂੰ ਇਸ ਭ੍ਰਿਸ਼ਟਾਚਾਰ ਦੀ ਸਜ਼ਾ ਦੇਊਂਗਾ। ਸਾਡੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਹਨੂੰ ਇਹਦੀ ਸਜ਼ਾ ਨਹੀਂ ਦਿੱਤੀ ਤੇ ਉਹਦੇ ਮਸਲੇ ਤੇ ਚੁੱਪ ਵੱਟ ਗਿਆ। ਅਸੀਂ ਕੱਲ ਨੂੰ ਦਸੰਬਰ ਚ ਲੋਕਾਂ ਕੋਲ ਜਾਣਾ ਤੇ ਲੋਕਾਂ ਨੂੰ ਜਾ ਕੇ ਮੂੰਹ ਕੀ ਵਿਖਾਵਾਂਗੇ, ਇਸ ਕਰਕੇ ਮੈਂ ਆਪਣੇ ਮੁੱਖ ਮੰਤਰੀ ਦੇ ਖਿਲਾਫ਼ ਧਰਨਾ ਦਊਂਗਾ। ਇੰਨੀ ਗੱਲ ਤੋਂ ਸਾਰੇ ਲੋਕ ਭੜਕ ਉੱਠੇ। ਹੁਣ ਜਿਹੜੀ ਵਸੁੰਧਰਾ ਰਾਜੇ ਆ ਉਹ ਲੀਡਰ ਤਾਂ ਭਾਜਪਾ ਦੀ ਆ, ਦੋ ਵਾਰੀ ਮੁੱਖ ਮੰਤਰੀ ਵੀ 5-5 ਸਾਲ ਰਹਿ ਚੁੱਕੀ ਹੈ, ਪਰ ਸਮੱਸਿਆ ਇਹ ਹੈ ਕਿ ਉਹਨਾਂ ਦੇ ਟੱਬਰ ਚ ਪਾਠਕ ਹੈ, ਉਹ ਮਹਾਰਾਣੀ ਵਿਜੇ ਰਾਜੇ ਸਿੰਧੀਆ ਦੀ ਧੀ ਹੈ ਤੇ ਉਸੇ ਦਾ ਸਕਾ ਭਤੀਜਾ ਜੋਤੀਰਾਦਿੱਤਿਆ ਸਿੰਧੀਆ, ਪਹਿਲਾਂ ਕਾਂਗਰਸੀ ਲੀਡਰ ਹੁੰਦਾ ਸੀ ਤੇ ਅੱਜ ਕੱਲ ਉਹ
ਭਾਜਪਾ ਚ ਚਲਾ ਗਿਆ, ਭਾਜਪਾ ਨੇ ਕੇਂਦਰੀ ਮੰਤਰੀ ਬਣਾਇਆ, ਭੂਆ ਭਤੀਜੇ ਦੀ ਆਪੋ ਚ ਬਣਦੀ ਨੀ। ਹੁਣ ਜੇ ਭਤੀਜਾ ਉਥੇ ਆ ਤੇ ਭੂਆ ਦਾ ਉਥੇ ਰਹਿਣਾ ਔਖਾ। ਓਦਾਂ ਵੀ ਭੂਆ ਜਿਹੜੀ ਵਸੁੰਧਰਾ ਰਾਜੇ ਉਹ ਨਰਿੰਦਰ ਮੋਦੀ ਦੇ ਵਿਰੋਧੀ ਗੁੱਟ ਚ ਗਣੀ ਜਾਂਦੀ ਹੈ। ਇਸ ਗੱਲ ਦਾ ਕਰਕੇ ਜਿਹੜਾ ਰੇੜਕਾ ਪਿਆ, ਇਸ ਰੇੜਕੇ ਚ ਅਲਟੀਮੇਟਲੀ ਪੋਜੀਸ਼ਨ ਇਹ ਹੈ ਕਿ ਸਚਿਨ ਪਾਇਲਟ ਅੰਦਰ ਖਾਤੇ ਭਾਜਪਾ ਨਾਲ ਮਿਲ ਕੇ ਕੋਈ ਖੇਡ ਖੇਡਦਾ ਰਿਹਾ ਸੁਣੀਦਾ, ਜਿਹਦੇ ਚ ਏਦਾਂ ਲੱਗਦਾ ਕਿ ਅਗਲੀਆਂ ਦਸੰਬਰ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਉਹ ਕੋਈ ਏਦਾਂ ਦਾ ਦਾਅ ਵੀ ਖੇਡ ਸਕਦਾ ਕਿ ਕੱਲ ਨੂੰ ਐਨ ਚੋਣਾਂ ਲੱਗ ਗਏ ਜਾ ਕੇ ਤੇ ਕਾਂਗਰਸ ਨੂੰ ਠਿੱਬੀ ਲਾ ਜੇ। ਸਾਰੇ ਦੇਸ਼ ਵਿਚ ਜਦੋਂ ਕਾਂਗਰਸ ਨੂੰ ਠਿੱਬੀਆਂ ਲੱਗਣ ਡੀਆਂ ਨੇ ਤੇ ਇੱਥੇ ਵੀ ਲੱਗ ਸਕਦੀ ਹੈ ਕਿ ਹੁਣ ਨੂੰ ਕੁਝ ਵੀ ਹੋ ਸਕਦਾ। ਇਸ ਵੇਲੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਜੇ ਇਹ ਇਸੇ ਤਰ੍ਹਾਂ ਹੀ ਆਪੋ ਚ ਲੜਦੇ ਰਹੇ ਹੋਰ ਕੁਝ ਹੋਵੇ ਨਾ ਹੋਵੇ, ਇਕ ਗੱਲ ਤਾਂ ਪੱਕੀ ਹੈ ਕਿ ਦਸੰਬਰ ਦੀਆਂ ਚੋਣਾਂ ਭਾਜਪਾ ਹੀ ਜਿੱਤੂਗੀ, ਫਿਰ ਤਾਂ ਨਹੀਂ ਜਿੱਤ ਸਕਦੇ। ਲੋਕੀ ਤੋਂ ਪਹਿਲਾਂ ਕਹਿੰਦੇ ਕਿ ਨਹੀਂ ਜਿੱਤਣੇ, ਨਰਿੰਦਰ ਮੋਦੀ ਚੜਿਆ ਹੁੰਦਾ, ਪਰ ਜੇ ਆਹ ਹਾਲ ਰਿਹਾ ਫਿਰ ਕਾਂਗਰਸ ਹੀ ਆਪਣੇ ਤੌਰ ਦੇ ਉੱਤੇ ਸੈਲਫ ਗੋਲ ਕਰ ਲੈਣਗੇ। ਪੰਨ ਸਾਹਿਬ, ਪਾਕਿਸਤਾਨ ਦੇ ਵਿਚ ਪਹਿਲਾਂ ਆਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਦੇਣ ਦੀਆਂ ਖ਼ਬਰਾਂ ਆਈਆਂ, ਹੁਣ ਹਿੰਦੂ ਮੈਰਿਜ ਐਕਟ ਦੇ ਬਾਰੇ ਬਿੱਲ ਦਾ ਨੋਟੀਫਿਕੇਸ਼ਨ ਹੋ ਰਿਹਾ ਜੀ। ਪਾਕਿਸਤਾਨ ਦੇ ਵਿਚ ਹਿੰਦੂ ਮੈਰਿਜ ਐਕਟ ਬਣਿਆ ਸੀ, ਜਿਹੜਾ ਆਨੰਦ ਮੈਰਿਜ ਐਕਟ ਦੀ ਗੱਲ ਕਰਦੇ ਉਹ ਗੁੰਮਰਾਹ ਹੁੰਦੇ। 12-13 ਸਾਲ ਪਹਿਲਾਂ ਆਖਿਆ ਕਿ ਭਾਰਤ ਵਿਚ ਬਣਿਆ ਨੀ, ਅਸੀਂ ਬਣਾ ਦਿੱਤਾ, ਬਣਿਆ ਅਜੇ ਵੀ ਨੀ। ਉਦੋਂ ਬਾਅਦ ਆਖਿਆ ਜੀ ਹੁਣ ਉਹ ਪਾਸ ਹੋ ਗਿਆ, ਪਾਸ ਨੀ ਸੀ ਉਹਦਾ, ਬਿੱਲ ਪਾਸ ਹੋਇਆ ਸੀਗਾ, ਉਹ ਬਿੱਲ ਦਾ ਖਰੜਾ ਸੀ। ਫਿਰ ਆਖਿਆ ਜੀ ਹੁਣ ਲਾਗੂ ਹੋ ਗਿਆ, ਲਾਗੂ ਨੀ ਸੀ ਹੋਇਆ, ਪਾਕਿਸਤਾਨ ਦੀ ਪੰਜਾਬ ਦੀ ਅਸੈਂਬਲੀ ਨੇ ਪਾਸ ਕੀਤਾ ਸੀ, ਉਹ ਅਜੇ ਤੱਕ ਵੀ ਵਿਚ ਵਿਚਾਲੇ ਆ, ਪੂਰਾ ਲਾਗੂ ਨੀ ਹੋਇਆ। ਇਨ੍ਹਾਂ ਦਾ ਹਿੰਦੂ ਮੈਰਿਜ ਐਕਟ ਹੈਗਾ ਸੀ, ਪਰ ਇਹ ਲਾਗੂ ਨੀ ਸੀ ਕਰਦੇ, ਜਦ ਤੱਕ ਨੋਟੀਫਿਕੇਸ਼ਨ ਨਾ ਹੋਵੇ ਲਾਗੂ ਨੀ ਹੋ ਸਕਦਾ। ਹੁਣ ਆ 2 ਦਿਨ ਪਹਿਲਾਂ ਇਥੋਂ ਪਾਕਿਸਤਾਨ ਸਰਕਾਰ ਨੇ ਨੋਟੀਫਿਕੇਸ਼ਨ ਕਰਤਾ ਕਿ ਕਰਾਚੀ ਵਿਚ ਲਾਗੂ ਹੋਊਗਾ, ਤੇ ਉਥੇ ਹਿੰਦੂਆਂ ਦੇ ਵਿਚੋਂ ਬਹੁਤ ਸੰਮਤੀ ਵੇਖ ਕੇ ਤੇ ਕੁਝ ਲੋਕ ਧਾਰਮਿਕ ਜਿਹੜੇ ਜ਼ਿਆਦੇ ਆ ਉਨ੍ਹਾਂ ਨੂੰ ਇਸ ਗੱਲ ਵਾਸਤੇ ਮਹਾਰਾਜ ਅਪੁਆਇੰਟ ਕੀਤਾ ਜਾਊਗਾ, ਜਿਹੜੇ ਹਿੰਦੂ ਸਰਦੀਆਂ ਕਿਰਾਇਆ ਕਰਨਗੇ। ਸਾਰੇ ਪਾਕਿਸਤਾਨ ਚੋਂ ਜਿੱਥੇ ਜਿੱਥੇ ਹਿੰਦੂਆਂ ਨੂੰ ਕੁੱਟ ਪੈਂਦੀ ਉਹ ਸਾਰੇ ਕਰਾਚੀ ਚ ਇਕੱਠੇ ਹੋ ਰਿਹਾ। ਕਰਾਚੀ ਵਿਚ ਇਨ੍ਹਾਂ ਦੀ ਗਿਣਤੀ ਚੌਖੀ ਹੋ ਗਈ ਆ, ਤੇ ਉਹ ਚੌਖੀ ਗਿਣਤੀ ਕਰਕੇ ਹਾਲ ਦੀ ਘੜੀ ਇਹ ਕਰਾਚੀ ਚ ਲਾਗੂ ਕੀਤਾ ਜਾ ਰਿਹਾ, ਬਾਕੀ ਸਾਰੇ ਪਾਕਿਸਤਾਨ ਵਿਚ ਨਹੀਂ। ਇਸ ਤੋਂ ਬਾਅਦ ਮੰਗ ਉੱਠ ਸਕਦੀ ਹੈ ਕਿ ਬਾਕੀ ਪਾਕਿਸਤਾਨ ਚ ਵੀ ਕਰ ਦਿਓ, ਪਰ ਬਾਕੀ ਦੇ ਪਾਕਿਸਤਾਨ ਚ ਜਾਣ ਵਾਸਤੇ ਅਜੇ ਪੂਰੇ ਪ੍ਰਬੰਧ ਨਹੀਂ ਹੋ ਸਕੇ। ਪੰਨ ਸਾਹਿਬ, ਅਜਨਾਮਾ ਕੀ ਕਹਿੰਦਾ ਜੀ? ਅਜਨਾਮਾ ਗੁੱਝੀਆਂ ਗੱਲਾਂ ਤੇ ਆ, ਮੌਸਮ ਆਮ ਦਾ ਕਈ ਵਾਰ ਇਸ ਤਰ੍ਹਾਂ ਦਾ ਜਾਂਦੀ ਕਈ ਨੇ ਸੁੱਝੀ ਹੋਈ ਗੱਲ ਨਹੀਂ ਆ, ਪਹਿਲਾਂ ਬੋਲਣ ਤੋਂ ਸੋਚਣ ਦੀ ਲੋੜ ਲੱਗਦੀ ਅਗਲੇ ਸਕਣੀ ਕਿ ਨਹੀਂ ਇਹ ਚੱਲਵੀ ਆ, ਵਾੜਾ ਪੈਣ ਦਾ ਬਹੁਤ ਆ, ਡਰ ਰਹਿੰਦਾ ਦੁਬਦਾ ਰਾਹਾਂ ਨੂੰ ਬੈਠ ਜਾ ਮਲਮੀ ਆ, ਕਿਸੇ ਨਾਲ ਹੁੰਦੀ ਆ ਕਰਨ ਵਿਚਾਰ ਉੱਚੀ ਵਜਾ ਦੇ ਮੂਹਰਾ ਮੂਹਰਲਾ ਐਵੇਂ ਨਾ ਟਲਮੀ ਆ, ਅੰਦਰੋਂ ਅੰਦਰ ਫਰਿੱਜ ਦਾ ਬਹੁਤ ਬੰਦਾ, ਵਟਲੇ ਚੀਜ਼ ਪਰ ਪੀੜ ਨੂੰ ਸਹਿਮੀ ਆ, ਅੰਦਰੋਂ ਅੰਦਰ ਬਸ ਰਿੜਕਦਾ ਰਹਿਮੀ ਆ, ਦਿਲ ਦੀ ਗੱਲ ਆਖਿਰ ਕਿਨੂੰ ਕਹਿਮੀ ਆ। ਮਿਹਰਬਾਨੀ ਪੰਨ ਸਾਹਿਬ, ਤੁਸੀਂ ਸ਼ਾਮਲ ਹੋਏ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਸੋ ਜਤਿੰਦਰ ਪੰਨੂ ਸਾਹਿਬ ਦੇ ਨਾਲ ਦੋਸਤੋ ਗੱਲਬਾਤ ਆਪਾਂ ਕਰ ਰਹੇ ਸੀ, ਹੁਣ ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਲੈ ਕੇ ਸ਼ਾਮਲ।